Subscribe now and press the bell icon. Never miss an update. ਤੇ ਮੰਨਿਆ ਜਾਂਦਾ ਬਾਲੀਵਾਲ ਦੀ ਨਾਸਰੀ ਦੇ ਤੌਰ ਤੇ ਕਿ ਮੰਨਿਆ ਜਾਂਦਾ ਡਿਫੈਂਸ ਜੀ ਸਰਮੇ ਤੇ ਕੀਰਤ ਦਾ ਦਿਮਾਗ ਨਾਲ ਖੇਡੇ ਬਿੰਦੀ ਤੇ ਅਟੈਕ ਫੁੱਲ ਤੀਰਥ ਦਾ ਪਿੰਡਾ ਲੱਭਾ ਦੇ ਬਾਲਾਂ ਮਾਰਦੇ ਨੇ ਸੋਹਣੀਆਂ ਤੇ ਗੇਮ ਲੱਖੇ ਦੇ ਸੱਤੇ ਦੀ ਵੀ ਨਾ ਘੱਟ ਮਿੱਤਰੋ ਇਹ ਸਾਰੇ ਮੁੰਡੇ ਫੇਰੂ ਸ਼ਹਿਰ ਦੇ ਬਾਲੀ ਬਾਲ ਖੇਡ ਕੇ ਕਰਾਉਂਦੇ ਅੱਤ ਮਿੱਤਰੋ ਇਹ ਕਰਾਉਂਦੇ ਅੱਤ ਮਿੱਤਰੋ ਗੱਲ ਕਹਿੰਦੇ ਫਰੋਸ਼ੀ ਫੇਰੂ ਸ਼ਹਿਰ ਦੀ ਹੋਈ ਮੇਰੇ ਵੀਰਿਓ ਇੱਕ ਫੈਰੂ ਸ਼ਹਿਰ ਇੱਕ ਫਿਰੋਜ਼ਪੁਰ ਜ਼ਿਲ੍ਹਾ ਮੇਰੇ ਵੀਰਿਓ ਨਾ ਬੜੇ ਮਕਬੂਲ ਜੇ ਆ ਪੁਆਇੰਟ ਦੱਸੀ ਰਵੀ ਪੁਆਇੰਟਾਂ ਵਾਲਾ ਇਸ਼ਾਰਾ ਕਰੀ ਕਿੰਨੇ ਕਿੰਨੇ ਪੁਆਇੰਟ ਆ ਚਾਰ ਤੇ ਦੋ ਵੀਰੇ ਚਾਰ ਦੋ ਦਾ ਮੁਕਾਬਲਾ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਸੌਟ ਵਾਲੇ ਬਾਈ ਦਾ ਬਾਲ ਦੋ ਪਟਿਆਰੀ ਲਓ ਦੋ ਨੰਬਰ ਆ ਪਟਿਆਰੀ ਦੇ ਚਾਰ ਨੰਬਰ ਆ ਫਿਰੋਜ਼ ਸ਼ਾਹ ਦੀ ਬੀ ਟੀਮ ਦੇ ਮੇਰੇ ਮਿੱਤਰੋ ਲਓ ਉਧਰ ਦੋ ਨੰਬਰ ਗਰਾਊਂਡ ਦੇ ਵਿੱਚ ਵੀ ਐਨ ਪਟਾਕੇ ਪੈ ਰਹੇ ਆ ਹਿੰਮਤਪੁਰੇ ਦਾ ਮੈਚ ਖੇਡਿਆ ਜਾ ਰਿਹਾ ਪੁੱਟੀ ਵਾਲਾ ਬੀ ਦੇ ਨਾਲ ਤਕੜਾ ਮੈਚ ਖੇਡਿਆ ਜਾ ਰਿਹਾ ਤੇ ਉਹਦੇ ਵੀ ਆਪਾਂ ਜ਼ਰੂਰ ਸਕੋਰ ਪੁੱਛ ਕੇ ਦੱਸਾਂਗੇ ਸਾਡੇ ਦਰਸ਼ਕ ਵੀਰ ਮੰਗ ਕਰਦੇ ਨੇ ਕਿ ਕਿੰਨੇ ਸਕੋਰ ਹੋ ਚੁੱਕੇ ਨੇ ਦੋ ਨੰਬਰ ਗਰਾਊਂਡ ਦੇ ਵਿੱਚ ਜੀ ਦੋ ਨੰਬਰ ਗਰਾਊਂਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਮੈਚ ਚੱਲ ਰਿਹਾ ਉਧਰ ਕਹਿੰਦੇ 25 ਨੇਰੀ ਲਿਆ ਰਿਹਾ ਕਿ ਨੇਰੀਆਂ ਲਿਆ ਦੂ ਬੋਲਰ ਨੇਰੀਆਂ ਕੁੱਤੀ ਵਾਲੀ ਇਹ ਸਵਾਦ ਕਰ ਰਹੇ ਬਾਹਰ ਇੱਕ ਮਸਲੇ ਦਾ ਹੱਲ ਆ ਨਜ਼ਾਰੇ ਬੱਚੇ ਪਏ ਆ ਅਗਲਾ ਮੈਚ ਮੇਰੀ ਬੇਨਤੀ ਆ ਮਨਦੀਪ ਕਲੱਬ ਯੂਐਸਏ ਰੋਡੇ ਤੇ ਬਾਬਾ ਫਰੀਦ ਕਲੱਬ ਬਾਂਦਰ ਰੋਡ ਇੱਕ ਨੰਬਰ ਗਰਾਊਂਡ ਉਹ ਨੰਬਰ ਗਰਾਊਂਡ ਸਲੀਮ ਸ਼ਾਹ ਤੇ ਬਾਬਾ ਸੁਧ ਰਾਮ ਕਲੱਬ ਦੋਧਰ ਦੀਆਂ ਟੀਮਾਂ ਦਾ ਮੁਕਾਬਲਾ ਹੋਵੇਗਾ ਉਧਰਲੇ ਪਾਸੇ ਮਨਦੀਪ ਕਲੱਬ ਰੋਡੇ ਤੇ ਬਾਬਾ ਫਰੀਦ ਕਲੱਬ ਦੀਆਂ ਟੀਮਾਂ ਦਾ ਮੁਕਾਬਲਾ ਖੇਡਿਆ ਜਾਣਾਗੇ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਣੀ ਭਰਿਆ ਮਹਿਫਿਰਾਂ ਤੇ ਲੋਕ ਕਹਿਣ ਦਰਵੇਸ਼ ਫਰੀਦਾ ਤੇ ਲੋਕ ਕਹਿਣ ਦਰਵੇਸ਼ ਉਧਰਲੇ ਪਾਸੇ ਸਾਡੇ ਸੀਨੀਅਰ ਖਿਡਾਰੀ ਨੇ ਲੱਕੀ ਪੁੱਛੋ ਜੀ ਤੇ ਨਾਲ ਪਹਿਲਾਂ ਗੱਦਾ ਰੋਡ ਵਾਲੇ ਕਹਿਰੋਂ ਜੀ ਉਹ ਵੀ ਪਹੁੰਚੇ ਆ ਸਤਿਕਾਰਯੋਗ ਸ਼ਖਸੀਅਤਾਂ ਨੇ ਆਪਾਂ ਸਾਰਿਆਂ ਦਾ ਜਿਹੜਾ ਇੰਟਰਵਿਊ ਲਓ ਉਧਰ ਇੰਟਰਵਿਊ ਲਈ ਸੀ ਮਨਦੀਪ ਕਾੜਗੇ ਵਾਲੇ ਨੇ ਕਿਸੇ ਗੱਲ ਨਾਲ ਹੀ ਲਈ ਸੀ ਕਿਉਂਕਿ ਖਿਡਾਰੀ ਜਿਹੜਾ ਵਾਲੀਬਾਲ ਦੇ ਵਿੱਚ ਜੀ ਜਾਨ ਤੇ ਜੀਦਾਰੀ ਦੇ ਨਾਲ ਖੇਡਦਾ ਹੈ ਲੈ ਵੀ ਪਣਿਹਾਰੀ ਵਾਲਿਆ ਰੁਪਈਆ 700 ਹੈ ਹਜ਼ਾਰ ਕਹਿੰਦਾ ਕਰੋ ਤੇ ਫੇਰ ਮਾਰੂ ਪੰਜ ਬਾਲਾਂ ਪਣਿਹਾਰੀ ਵਾਲਾ ਕਹਿੰਦਾ ਲੈ ਵੀ ਪਣਿਹਾਰੀ ਵਾਲਿਆ ਹਜ਼ਾਰ ਹੋ ਗਿਆ ਇਧਰਲੇ ਪਾਸੇ ਇੱਕ ਹੋ ਗਈ ਦੋ ਪਰ ਨਹੀਂ ਪੰਜ ਬਾਲਾਂ ਤੇ ਇੱਕ ਹਜ਼ਾਰ ਪ੍ਰਬੰਧਕੀ ਕਮੇਟੀ ਬੰਨਿਓ ਐਨ ਕਹਿੰਦੇ ਬਾਈ ਨਿਸ਼ਾਨ ਗਗਣੇ ਹੋਣੀ ਉਧਰ ਸਾਡੇ ਵੀ ਤਰਖਾਣ ਵਾਲੀਏ ਜਗਨੂ ਵਰਗੇ ਸਾਡੇ ਭਰਾ ਧੱਪੇ ਵਰਗੇ ਢਿੱਲੋਂ ਵਰਗੇ ਵੱਡੇ ਮਾਣ ਤੇ ਸਨਮਾਨ ਹੋਣਗੇ ਪੰਜ ਬਾਲਾਂ ਤੇ ਇੱਕ ਹਜ਼ਾਰ ਹੈ ਪਣਿਹਾਰੀ ਵਾਲੇ ਦੀਆਂ ਪੰਜ ਬਾਲਾਂ ਤੇ ਕਹਿੰਦੇ ਇੱਕ ਹਜ਼ਾਰ ਦੇ ਮਾਣ ਤੇ ਸਨਮਾਨ ਹੋਣਗੇ ਲਓ ਇਹ ਆ ਲੱਭਾ ਕਹਿੰਦੇ ਆਹ ਮੁੰਡੇ ਦੇ ਵੀ ਚਰਚੇ ਨੇ ਕਿ ਪੱਬਾਂ ਦਾ ਬੜਾ ਛੋਲਾ ਖਿਡਾਰੀ ਹੈ ਤੇ ਗੈਰੀ ਸੰਧੂ ਵਾਂਗੂ ਜੱਗ ਦੀ ਜੱਟ ਦੀ ਚੜ੍ਹਾਈ ਹੈ ਸਿਰਾ ਪਲੇਅਰ ਹੈ ਸਾਡਾ ਵੀਰ ਲੱਭਾ ਫਿਰੋਜ਼ਸ਼ਾਹ ਵਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਮਿੰਦਰ ਸਿੰਘ ਜੀ ਗੋਗੀ ਸਰਪੰਚ ਕਾਲਗੜ੍ਹ ਤੋਂ ਉਹਨਾਂ ਦੇ ਨਾਲ ਗੁਰਵਿੰਦਰ ਸਿੰਘ ਜੀ ਗਿੱਲ ਸੁਹੇਲੇ ਵਾਲਾ ਤੋਂ ਉਹ ਇੱਥੇ ਪਹੁੰਚੇ ਆ ਅਸੀਂ ਆਪਣੀ ਟੂਰਨਾਮੈਂਟ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਤੇ ਸਾਡੇ ਜਤਿੰਦਰ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਆ ਅਸੀਂ ਉਹਨਾਂ ਦਾ ਵੀ ਟੂਰਨਾਮੈਂਟ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਜੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਆਏ ਆ ਸਾਡੇ ਟੂਰਨਾਮੈਂਟ ਦੀ ਰੌਣਕ ਵਧਾਈ ਉਹਨਾਂ ਨੇ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਉਧਰਲੇ ਪਾਸੇ ਚੰਦਨਾਮ ਵਾਲੇ ਖੇਡ ਪ੍ਰਮੋਟਰ ਮਿੱਠੂ ਬਰਾੜ ਜੀ ਸਵੈਗ ਟਰਾਂਸਪੋਰਟ ਦੀ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਗੱਲ ਹੁੰਦੀ ਆ ਉਹ ਵੀ ਕਹਿੰਦੇ ਆਨੰਦ ਮਾਣਦੇ ਤੇ ਕਮੈਂਟਰ ਨੂੰ ਕਹਿੰਦੇ ਵੀ ਗੁੱਡ ਜੋਬ ਆ ਪੂਰਾ ਸਿਰੇ ਲੱਗਿਆ ਵਾ ਕੰਮ ਲਓ ਆਹ ਨੌਜਵਾਨ ਵਾਹ ਗੱਭਰਗਾ ਸਵਾਦ ਵਾਲੀ ਗੱਲ ਆ ਉਧਰ ਸਾਡੇ ਵੀਰ ਲਾਲ ਬਾਈ ਤੋਂ ਵੀ ਸੰਗਤ ਆਈ ਹੈ ਕੰਦੂ ਖੇੜੇ ਵਾਲੇ ਬਾਠ ਹੋਣੀ ਵੀ ਆਏ ਸਭ ਦਾ ਹੀ ਆਪਾਂ ਧੰਨਵਾਦ ਕਰਦੇ ਫਤਿਹਪੁਰ ਤੋਂ ਅਨਮੋਲ ਹੋਣੀ ਆਏ ਹੈ ਲਖਵਿੰਦਰ ਵੀਰ ਵਰਗੇ ਪਹੁੰਚਿਆ ਉਹਨਾਂ ਵੀਰਾਂ ਦਾ ਧੰਨਵਾਦ ਕਰਾਂਗੇ ਜੇ ਗੱਲ ਉੱਥੇ ਜਾ ਕੇ ਮੁੱਕਣੀ ਆ ਮੇਰੇ ਮਿੱਤਰੋ ਕਿ ਸਾਡੀ ਨਹੀਂ ਹੋਣਾ ਤਾਂ ਪਹਿਲੋਂ ਕੋਈ ਗੱਲ ਨਹੀਂ ਜੇ ਕਿਸੇ ਹੋਰ ਦੀ ਹੋਵੇਗੀ ਸਾਨੂੰ ਗੱਲ ਰੜਕੂ ਅੱਜ ਕਬਜੇ ਦੀ ਪੈਲੀ ਵਾਂਗੂ ਡਾਂਗ ਖੜਕੂ ਅੱਜ ਕਬਜੇ ਦੀ ਪੈਲੀ ਵਾਂਗੂ ਡਾਂਗ ਖੜਕੂ ਲਓ ਡਾਂਗਾ ਖੜਕਦੀਆਂ ਮੇਰੇ ਮਿੱਤਰੋ ਕਿ ਜੋਧੇ ਰਣ ਵਿੱਚ ਜੂਝਦੇ ਪਾਉਂਦੇ ਤਲਵਾਰਾਂ ਉਸ ਡਾਟੇ ਦੇ ਲੱਭਾ ਮੇਰੇ ਮਿੱਤਰੋ ਇਹ ਆ ਲੱਭਾ ਕਿ ਉੱਡੂ ਉੱਡੂ ਕਰਦਾ ਸਰੀਰ ਤੇ ਜਵਾਨੀ ਲੋਹੜੇ ਦੀ ਵਿੱਚ ਆ ਗਰਾਊਂਡ ਤੇ ਐ ਉੱਡਦਾ ਜਿਵੇਂ ਵਾਹ ਹੈ ਬਰੋਲੇ ਦੀ ਲਵਦੀਪ ਸਿੰਘ ਗਿੱਲ ਪੂਰਾ ਨਾਮ ਤੇ ਸੁਨੱਖਾ ਰੱਜ ਕੇ ਗੈਰੀ ਸੰਧੂ ਵਾਂਗ ਮੁੰਡੇ ਦੀ ਚੜ੍ਹਾਈ ਜੱਗ ਤੇ ਗੈਰੀ ਸੰਧੂ ਵਾਂਗ ਮੁੰਡੇ ਦੀ ਚੜ੍ਹਾਈ ਜੱਗ ਤੇ ਐਨ ਕਹਿੰਦੇ ਲੱਭਾ ਰੂਪੇ ਵਰਗੇ ਗੌਰਵ ਵਰਗੇ ਐਨ ਕਹਿੰਦੇ ਤਜਰਬਾ ਵੱਡਾ ਬੇਸ਼ੱਕ ਉਮਰ ਜਿਹੜੀ ਥੋੜੀ ਹੈ ਪਰ ਤਜਰਬਾ ਜਿਹੜਾ ਇਹਨਾਂ ਖਿਡਾਰੀਆਂ ਦਾ ਵੀ ਵੱਡਾ ਤੇ ਨਾਲ ਰਾਜਪਾਲ ਬਾਗੜੀ ਖੇਡਦਾ ਹੈ ਅੱਜ ਕਹਿੰਦੇ ਪਿੰਡ ਦੀ ਟੀਮ ਦੇ ਵਿੱਚ ਨਹੀਂ ਖੇਡਿਆ ਤੇ ਵਿਰੋਧੀ ਬਣ ਕੇ ਖੇਡਦਾ ਸੱਜਣਾ ਸਰੀਕ ਬਣ ਕੇ ਤਕੜਾ ਮੈਚ ਜਿਹੜਾ ਲੱਗਿਆ ਹੋਇਆ ਉਧਰ ਦੋ ਨੰਬਰ ਦੇ ਵਿੱਚ ਵੀ ਸਾਈਡਾਂ ਚੇਂਜ ਹੋ ਗਈਆਂ ਤੇ ਪੰਜੇਟਿਆਂ ਵਾਲਾ ਸੋਨੀ ਵੀ ਅੱਜ ਲੰਮੇ ਸਮੇਂ ਬਾਅਦ ਜਿਹੜਾ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਬਾਲ ਜਿਹੜੀ ਆਊਟ ਹੈ ਜੀ ਸਰਵਿਸ ਜਿਹੜੀ
ਕਿੰਨੇ ਸਕੋਰ ਹੋ ਗਏ ਵੀਰੇ? ਸਕੋਰ ਵਾਲੇ ਵੀਰ ਨੂੰ 6-2 ਜੀ, 6-2 ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਤੇ ਉਧਰ ਟਾਈਮ ਆਊਟ ਲਿਆ ਭੰਡਿਆਰੀ ਵਾਲੇ ਸ਼ਾਲੂ ਨੇ ਵੀ, ਕਿਉਂਕਿ ਦਿਮਾਗੀ ਖਿਡਾਰੀ ਹੈ, ਕੋਈ ਪਿਉਂਤ ਬੰਦੀ ਕੋਈ ਚਾਲ ਖੇਡਣੀ ਹੋਵੇਗੀ। ਟੋਨੀ ਟੈਂਟ ਵਾਲਾ, ਟੈਂਟ ਵਾਲੇ ਭਰਾ ਕੋਈ ਆਵਾਜ਼ ਸੁਣਦਾ ਸਟੇਜ ਤੇ ਆਵੇ। ਟੋਨੀ ਟੈਂਟ ਵਾਲੇ ਵੀਰ ਨੂੰ ਬੇਨਤੀ ਆ ਸਟੇਜ ਤੇ ਪ੍ਰਬੰਧਕਾਂ ਨਾਲ ਕੰਟੈਕਟ ਕਰੇ। ਜਾਦੂ ਸਾਡਾ ਭਰਾ ਉਹਨਾਂ ਨੂੰ ਯਾਦ ਕਰਦਾ, ਟੋਨੀ ਭਰਾ ਨੂੰ ਮੇਰੀ ਬੇਨਤੀ ਆ, ਟੈਂਟ ਵਾਲੇ ਵੀਰ ਨੂੰ ਜਾਦੂ ਚੇਤੇ ਕਰਦਾ ਹੈ। ਉੱਧਰ 2 ਨੰਬਰ 'ਚ ਵੀ ਸਾਈਡਾਂ ਚੇਂਜ ਹੋ ਚੁੱਕੀਆਂ ਅਗਲੇ ਮੈਚ ਦੀ। ਮੇਰੀ ਬੇਨਤੀ ਆ ਸਲੀਮ ਸ਼ਾਹ ਅਤੇ ਬਾਬਾ ਸੁੱਧ ਰਾਮ ਕਲੱਬ ਦੌਧਰ, ਇਹ ਟੀਮਾਂ ਤਿਆਰ ਪਰ ਤਿਆਰ ਰਹਿਣ ਕਿ ਵਿੱਚ ਭਾਗ ਸਰ ਸੁਣਿਆ ਵਾਲੀਬਾਲ ਪਕੜਵਾਉਣਾ ਹੈ, ਦੇਖਣ ਜਾਣਾ ਆਪਾਂ ਉੱਥੇ, ਸਭ ਨੇ ਆਉਣਾ ਹੈ। ਜੱਜ ਵਰਗੇ ਨੇ ਫਿਰਦੇ ਜਿੱਥੇ ਛਾਤੀਆਂ ਤਾਣ ਜੱਟਾ, ਕਬੱਡੀ ਨਾਲੋਂ ਵੱਧ ਜ਼ੋਰ ਲੱਗਦਾ ਹੈ, ਵਾਲੀਬਾਲ ਨੂੰ ਐਵੇਂ ਨਾ ਜਾਣ ਜੱਟਾ, ਕਬੱਡੀ ਨਾਲੋਂ ਵੱਧ ਹੀ ਜ਼ੋਰ ਲੱਗਦਾ ਹੈ। ਸ਼ਾਲੂ ਦੀ ਆਪਾਂ ਇੰਟਰਵਿਊ ਲਈ ਉਹਦੇ ਵਿੱਚ ਕਹਿੰਦੇ 225 ਜਿਹੜੇ 251 ਲਾਈਕ ਮਿਲੇ, 71 ਕਹਿੰਦੇ ਮੁੰਡੇ ਨੂੰ ਕਮੈਂਟ ਮਿਲੇ ਤੇ 25 ਬੰਦਿਆਂ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਤੇ ਨਾਲ ਕਹਿੰਦੇ 4400 ਜਿਹੜੇ ਵਿਊ ਹੋਏ। ਗੱਲਾਂ ਬਾਤਾਂ ਹੋਰ ਹੋਈਆਂ, ਗੱਲ ਸਿਰੇ ਲੱਗੀ ਨੌਜਵਾਨ ਗੱਭਰੂ ਦੀ। ਮੇਰੇ ਵੀਰਿਓ ਆਪਾਂ ਹੁਣ ਨਵੇਂ ਹਰੇਕ ਪਿੰਡ ਜਿੱਥੇ ਜਾਵਾਂਗੇ ਇੱਕ ਪਲੇਅਰ ਦੀ ਜ਼ਰੂਰ ਇੰਟਰਵਿਊ ਲਿਆ ਕਰਾਂਗੇ, ਉਹਦਾ ਬਾਇਓਡਾਟਾ ਪੁੱਛਿਆ ਕਰਾਂਗੇ, ਕਿਉਂਕਿ ਢਿੱਲੋ ਸਾਹਿਬ ਗੱਲਾਂ ਬਾਤਾਂ ਕਹਿੰਦੇ ਅੱਜ ਹੋਰ ਆ, ਕਿਉਂਕਿ ਦੁਨੀਆਂ ਕਹਿੰਦੇ ਪਿਆਰ ਕਰਦੀ ਨੌਜਵਾਨ ਗੱਭਰੂ ਨੂੰ। ਲਓ ਇੱਧਰਲੇ ਪਾਸੇ ਵੇਖੋ ਮੁਕਾਬਲਾ ਤਕੜਾ ਖੇਡਿਆ ਜਾ ਰਿਹਾ, ਇਹ ਘਰ ਦਾ ਜੋਗੀ ਸਿੱਧ ਨਹੀਂ ਹੁੰਦਾ, ਬਾਹਰਲਾ ਸਿੱਧ ਕਹਾਉਂਦਾ ਏ, ਕਾਮ ਜਾਪਗਾ ਵੇਖ ਜਮਾਨਾ ਕਿੱਥੋਂ ਕਿੱਥੋਂ ਅਸੀਸ ਚੁਕਾਉਂਦਾ ਏ। ਉਹ ਲੰਗੇ ਅਣੀਆਂ ਜੋਧਿਆ ਚੋਭਾ ਲਾਉਂਦੇ ਥੱਕਦੇ ਨੀ, ਜਦ ਗੁੱਡੀ ਚੜ੍ਹ ਜੇ ਅੰਬਰੀ ਤੇ ਇਹੀ ਲੋਕ ਸਲਾਉਂਦੇ ਥੱਕਦੇ ਨੀ, ਜਦ ਗੁੱਡੀ ਚੜ੍ਹ ਜੇ ਅੰਬਰੀ ਤੇ ਇਹੀ ਲੋਕ ਸਲਾਉਂਦੇ ਥੱਕਦੇ ਨੀ। ਲਓ ਉੱਧਰ ਬਿੰਦਰ ਵੱਧ ਵੱਧ ਕੇ ਬਾਲਾ ਮਾਰਦਾ, ਸਿਆਣਿਆਂ ਨੇ ਕਿਹਾ ਵੀ ਉਹ ਏਰੀਏ ਦਾ ਖਿਡਾਰੀ ਆ ਜਿੱਥੇ ਭੂਤਾਂ ਨੇ ਕਹਿੰਦੇ ਰਾਤੋ ਰਾਤ ਖੂਹ ਬਣਾਤਾ ਸੀ ਭਗਤੇ ਭਾਈ ਦਾ ਏਰੀਆ। ਉੱਧਰ ਸਰਦਾਰ ਅਮੁਲਕ ਬਰਾੜ ਜੀ, ਬਾਈ ਰਣਧੀਰ ਬਰਾੜ ਹੋਣੀ, ਉਹ ਵੀ ਲਾਈਵ ਮੈਚਾਂ ਦਾ ਆਨੰਦ ਮਾਣਦੇ ਨਾਲ ਵਰਿੰਦਰ ਪੱਪੂ ਜੀ ਬੈਠੇ ਹੈ। ਲੈ ਵੀ ਪਣਿਹਾਰੀ ਵਾਲਿਆ, 1000 ਕੀਤਾ ਕਮੇਟੀ ਨੇ ਗੱਲ, 300 ਐਣ ਕਹਿੰਦੇ ਹੁਣ 700 ਹੋਰ ਵਧਿਆ, 1000 ਤੇ ਗੱਲ ਖੜੀ ਹੈ। ਬਾਲਾ 5 ਕ੍ਰੋਸ ਕਰਦੇ ਨੌਜਵਾਨਾਂ ਪਰ ਉਹ ਮੁੰਡਾ ਪੁਆਇੰਟ ਨੂੰ ਪੈਂਦਾ ਹੈ, ਇਹਨੂੰ ਪੁਆਇੰਟ ਪਿਆਰਾ ਹੈ, ਇਹ ਆ ਪਣਿਹਾਰੀ ਦੀ ਧਰਤੀ ਦਾ ਨੌਜਵਾਨ। ਕਿ ਨੱਥੋ ਵਾਲੀਏ ਜੱਸੂ ਦੇ ਯਾਰੋ ਫੈਨ ਹੱਦੋਂ ਵੱਧ ਨੇ, ਗੋਪੇ ਨੇ ਤਾਂ ਦੁਨੀਆ ਰੰਗ ਆਪਣੇ 'ਚ ਰੰਗਤੀ ਤੇ ਹੌਲਦਾਰ ਲੁੱਟੇ ਮੇਲਾ ਟੱਪੇ ਜੇ ਪਵਾ ਕੇ, ਸ਼ਾਲੂ ਨੇ ਵੀ ਯਾਰੋ ਗੁੱਡੀ ਅੰਬਰਾਂ 'ਚ ਟੰਗਤੀ, ਫਿਰੋਜ਼ ਸ਼ਾਹ ਦੇ ਬਿੰਦੀ ਦਾ ਕੰਪਿਊਟਰ ਦਿਮਾਗ ਕਹਿੰਦੇ, ਤੇ ਜਿੰਨੀ ਕਰਾਂ ਥੋੜ੍ਹੀ ਸਿਫਤ ਤਰਸੇਮ ਦੇ ਜੰਪ ਦੀ, ਤਲਵੰਡੀ ਵਾਲਾ ਜੀਤ ਜੀ ਮੈਚ ਇਕੱਲੇ ਹੀ ਫਸਾ ਲੈਂਦਾ ਹੈ, ਤੇ ਵੱਜੀਵਾਲ ਦੱਸਦੀ ਬਾਂਦਰ ਡੋੜ ਵਾਲੇ ਜੱਜ ਦੀ, ਪੰਜੇਟਿਆਂ ਦਾ ਸੋਨੀ ਹਰ ਥਾਂ ਤੇ ਚੰਗਾ ਖੇਡਦਾ, ਤੇ ਜਨੇਤਪੁਰੀਆ ਰਣਜੀਤ ਨਿਰੀ ਲਾਟ ਅੱਗਦੀ, ਤੇ ਬੋਲੇ ਦਿਲਸ਼ਾਦ ਤਲਵੰਡੀ ਵਿੱਚ ਰਹਿੰਦਾ ਜੋ, ਤੇ ਖੂਬੀ ਕੀਹਦੇ ਵਿੱਚ ਕਿਹੜੀ, ਕਲਮ ਕਲੇਅਰ ਦੀ ਆ ਦੱਸਦੀ, ਕਲਮ ਕਲੇਅਰ ਦੀ ਆ ਦੱਸਦੀ। ਉੱਧਰ ਗੁਰਵੀਰ ਮਨਸ਼ਿੰਦਰ ਬਰਾੜ, ਉਹ ਸਾਡਾ ਭਰਾ ਸਟੇਜ ਤੇ ਆਵੇ, ਉਹਦੇ ਸਾਥੀ ਉਹਦੀ ਵੇਟ ਕਰਦੇ ਆ, ਮਨਸ਼ਿੰਦਰ ਬਰਾੜ ਠੀਕ ਆ, ਓਕੇ ਰਿਪੋਰਟਾਂ। ਉਧਰ ਘੱਪਾ ਕਹਿੰਦਾ ਖੁਸ਼ ਹੈ, 1000 ਦੇਵਾਂਗੇ, ਕਮੇਟੀ ਵਾਲੇ ਭਰਾ ਕਹਿੰਦੇ ਜੇ ਸ਼ਾਲੂ 5 ਵਾਲਾ ਕ੍ਰੋਸ ਕਰਦੇ ਵੱਡੇ ਮਾਣ ਤੇ ਸਨਮਾਨ ਹੋਣਗੇ, ਪਰ ਮੁੰਡੇ ਫਿਰੋਜ਼ਸ਼ਾਹ ਬੀ ਵਾਲੇ ਹੈ, ਜੇ ਕੁੜੀਏ ਤੂੰ ਲੱਭੇ ਦਾ ਪਿੰਡ ਨਹੀਂ ਜਾਣਦੀ, ਫਿਰੋਜ਼ਪੁਰੋਂ ਚੜ੍ਹ ਜੇ ਵੀ ਮੋਗੇ ਵਾਲੀ ਬੱਸ ਨਹੀਂ, ਇੱਕ ਫਾਟਕ ਜਿਹਾ ਟੱਪ ਕੇ ਤੇ ਮੱਲ ਵਾਲ ਆਊ, ਫਿਰ ਆ ਜੀ ਤੂੰ ਪਿਆਰੇ ਵਾਲਾ ਟੱਪ ਨਹੀਂ, ਰੱਤਾ ਖੇੜਾ ਮਿਸ਼ਰੀ ਵਾਲਾ ਵੀ ਰਾਹ 'ਚ ਆਉਣਗੇ, ਲਵੀ ਉਹਨਾਂ ਦਾ ਖਿਆਲ ਜਿਹਾ ਤੂੰ ਰੱਖ ਨਹੀਂ, ਫਿਰ ਖੱਬੇ ਹੱਥ ਸੜਕ ਤੇ ਵੱਡਾ ਗੇਟ ਆਊ, ਉੱਤੇ ਫੋਟੋਆਂ ਸ਼ਹੀਦਾਂ ਦੀਆਂ ਵਾਹੀਆਂ ਦੀ, ਉਹ ਪਿੰਡ ਮਿੱਤਰਾਂ ਦਾ ਜਿੱਥੇ ਹੋਈਆਂ ਇਤਿਹਾਸ 'ਚ ਲੜਾਈਆਂ, ਉਹ ਪਿੰਡ ਮਿੱਤਰਾਂ ਦਾ, ਉਹ ਪਿੰਡ ਮਿੱਤਰਾਂ ਦਾ ਜਿੱਥੇ ਹੋਈਆਂ ਇਤਿਹਾਸ 'ਚ ਲੜਾਈਆਂ, ਕਿ ਕਿਹੜਾ ਪਿੰਡ ਸ਼ਹਿਰ ਜਿੱਥੇ ਕੀਤੀ ਨੀ ਕਮੈਂਟਰੀ, ਸਾਡੀ ਸ਼ਾਨਦਾਰ ਹੁੰਦੀ ਸੀਗੀ ਐਂਟਰੀ, ਉਹ ਬਾਕੀ ਕੰਮ ਕਾਏ ਮਿੱਤਰ ਨੇ ਛੱਡ ਤੇ, ਇੱਕੋ ਪਾਲੀ ਵਾਲੀਬਾਲ ਤੇ ਕਬੱਡੀ ਨਾਲ ਪ੍ਰੀਤ ਨੀ, ਜਾ ਕੇ ਕਾਲਗੇ ਵਾਲੇ ਦੇ ਵਿੱਚ ਪੁੱਛ ਲਈ ਕਿਹਨੂੰ ਕਹਿੰਦੇ ਸਰਾ ਮਨਦੀਪ ਨੀ, ਜਾ ਕੇ ਕਾਲਗੇ ਵਾਲੇ ਦੇ ਵਿੱਚ ਪੁੱਛ ਲਈ ਕਿਹਨੂੰ ਕਹਿੰਦੇ ਸਰਾ ਮਨਦੀਪ ਨੀ। ਉਧਰ ਮੋਗੇ ਵਾਲੇ ਏਰੀਏ ਦਾ ਖਿਡਾਰੀ ਅਤੇ ਕਮੈਂਟੇਟਰ ਵੀ ਸਾਡਾ ਮੋਗੇ ਏਰੀਏ ਦਾ, ਕਿ ਮੋਗੇ ਵਾਲੇ ਏਰੀਏ 'ਚ ਪੀਰ ਅਤੇ ਡੇਰੇ ਵਾਲੇ, ਕਿਤੇ ਚੱਲੇ ਦਾਰੂ ਜੀ ਕਿਤੇ ਤਾਂ ਧੂੰਆਂ ਛੱਡ ਦੇ, ਵਿੱਚ ਜਗਰਾਵਾਂ ਜੀ ਕਹਿੰਦੇ ਸਿਰੇ ਬਦਮਾਸ਼ੀ ਹੋ ਗਈ ਤੇ ਡਰਦੇ ਨੀ ਵੈਲੀ ਕੋਰਟਾਂ 'ਚ ਟਾਈਮ ਬੰਨਦੇ, ਤਾਂ ਉਧਰ ਬੱਧਣੀ ਲੋਪੋ ਸਹੀ ਤੋਂ ਤੇ ਤਖਾਣ ਬੱਧ ਜੀ ਪਿੰਡ ਨੇ ਖਿਡਾਰੀਆਂ ਦੇ ਪੀੜੀ ਧੂਣਾ ਪੜਦੇ, ਨਿਹਾਲੇ ਵਾਲੇ ਦੀ ਜਨਤਾ ਨੂੰ ਲੀਡਰੀ ਦਾ ਸ਼ੌਂਕ ਬਾਲਾ ਤੇ 100-100 ਘੋਤੇ ਜਾ ਕੇ ਵੀ ਵੋਟਾਂ 'ਚ ਝੰਡੀ ਕੱਢਦੇ, ਦੀਪ ਸਿੰਘ ਭਦੌੜ ਵਿੱਚ ਬਾਡੀਆਂ ਦਾ ਕੰਮ ਸਿਰੇ, ਆਥਣ ਸਵੇਰੇ ਬੱਸਾਂ ਜਦੋਂ ਜੀ ਦੀ ਕੱਢਦੇ, ਤੇ ਛੰਨਾ ਵਿੱਚ ਜੀ ਘਰੋਂ ਘਰੀ ਟੀਕਾ ਦਰੰਗ ਵਾਲਾ, ਤੇ ਲੱਗ ਜਾਵੇ ਬੰਦੇ ਫਿਰ ਉੱਥੋਂ ਪਹੁੰਚਦੇ। ਮੈਚ ਮੇਰਾ ਖਿਆਲ ਸਮਾਪਤ ਹੈ 2 ਨੰਬਰ ਦਾ। ਮੇਰੀ ਬੇਨਤੀ ਆ ਟੀਮਾਂ ਉਹ ਸਲੀਮ ਸ਼ਾਹ ਤੇ ਬਾਬਾ ਸੁੱਧ ਰਾਮ ਕਲੱਬ ਦੌਧਰ, ਰੋਡਿਆਂ ਦਾ ਮਿੰਟੂ ਜਿੱਥੇ ਆਵਾਜ਼ ਸੁਣਦਾ 2 ਨੰਬਰ ਗਰਾਊਂਡ ਜਾਵੇ ਮਿੰਟੂ ਰੋਡੇ, 2 ਨੰਬਰ ਚ ਆਓ ਜੀ ਸਲੀਮ ਸ਼ਾਹ ਤੇ ਬਲੀਪੁਰੀ ਆਪਣੀ ਟੀਮ ਲੈ ਕੇ ਆ ਜਾ, ਦੌਧਰ ਦੀ ਟੀਮ। ਬਾਈ ਹਰਜਿੰਦਰ ਕਿਹੜੀ ਟੀਮ ਜਿੱਤ ਗਈ, ਹਿੰਮਤਪੁਰਾ ਠੀਕ ਹੈ ਜੀ। ਉਧਰਲੇ ਪਾਸੇ ਕਹਿੰਦੇ ਸ਼ਬਾਏ, ਸੋਹਣੇ ਬੋਲ ਬੋਲਦਾ, ਬੜੀ ਸੋਹਣੀ ਕੈਪ ਲਈ ਗੈਵੀ ਚਾਹਲ ਵਰਗਾ, ਕਹਿੰਦੇ ਮਹਾਂਦਰ ਲੱਗਦਾ ਦੂਰਾ,
ਮਨਸ਼ਿੰਦਰ ਜਿੱਥੇ ਵੀ ਆ ਉਹ ਸਟੇਜ ਦੇ ਕੋਲੇ ਆ ਜੇ ਕਮੇਟੀ ਮੈਂਬਰ ਮਨਸ਼ਿੰਦਰ ਉਹ ਦਿਨ ਦੂਰ ਨੀ ਜਿੱਤੇ ਕਹਿੰਦੇ ਫਿਲਮਾਂ ਵਾਲਿਆਂ ਨੇ ਮੁੰਡੇ ਨੂੰ ਲੈ ਜਾਣਾ ਮੁੰਡਾ ਬਾਹਲਾ ਸੋਹਣਾ ਫੱਬਦਾ ਗੱਲ ਵੀ ਝੂਠ ਨਹੀਂ ਕਹਿੰਦਾ ਮੈਂ ਗੱਲ ਸੱਚੀ ਕਹਿੰਦਾ ਗੱਲਾਂ ਬਾਤ ਹੋਰ ਹੋਣਗੀਆਂ ਕਿ ਦਿਲ ਕੋ ਸੜਕ ਜਿਹੜੀ ਆਉਂਦੀ ਹੈ ਪੰਜਾਬ ਨੂੰ ਇੱਕ ਵਾਰੀ ਫੋਨ ਉੱਤੇ ਦੱਸਾਂ ਮੈਂ ਜਨਾਬ ਨੂੰ ਰਾਹ ਲੱਭ ਜਾਣੇ ਤੈਨੂੰ ਇਹ ਸਿਖਾਲੇ ਨੀ ਨਕਸ਼ੇ ਪੰਜਾਬ ਦੇ ਸਿੱਧਾ ਕਰ ਦੇਖੀ ਸਾਡਾ ਮੋਗਾ ਜ਼ਿਲ੍ਹਾ ਆਉਂਦਾ ਵਿਚਾਲੇ ਨੀ ਨਕਸ਼ੇ ਪੰਜਾਬ ਦੇ ਸਿੱਧਾ ਕਰ ਦੇਖੀ ਸਾਡਾ ਮੋਗਾ ਜ਼ਿਲ੍ਹਾ ਆਉਂਦੇ ਵਿਚਾਲੇ ਨੀ ਅੱਜ ਕਹਿੰਦੇ ਮੁਕਤਸਰ ਦੀ ਧਰਤੀ ਦੇ 40 ਮੁਕਤਿਆਂ ਦੀ ਧਰਤੀ ਦੇ ਰੌਣਕਾਂ ਲੱਗੀਆਂ ਕਿ ਰਾਜਗੁਰੂ ਸੁਖਦੇਵ ਸਰਾਭੇ ਤੇ ਊਧਮ ਦਾ ਕੀ ਕਹਿਣਾ ਭਗਤ ਸਿੰਘ ਨੇ ਯਾਰੋ ਸਾਰਾ 23 ਸਾਲ ਦਾ ਰਹਿਣਾ ਜੋ ਸ਼ਹੀਦਾਂ ਦਾ ਨਾਂ ਸੱਚੇ ਮਨ ਨਾਲ ਲੈਂਦੇ ਨੇ ਮਰ ਜਾਂਦੇ ਜੋ ਕੌਮ ਦੀ ਖਾਤਰ ਸਦਾ ਜਿਉਂਦੇ ਰਹਿੰਦੇ ਨੇ ਮਰ ਜਾਂਦੇ ਜੋ ਕੌਮ ਦੀ ਖਾਤਰ ਸਦਾ ਜਿਉਂਦੇ ਰਹਿੰਦੇ ਨੇ ਪਰ ਇਹਨਾਂ ਖਿਡਾਰੀਆਂ ਦੇ ਵੀ ਜਿਹੜੇ ਸਰਨਾਵੇ ਪਰਖੇ ਜਾਂਦੇ ਨੇ ਜਿਹੜੇ ਗਰਾਊਂਡਾਂ ਦੇ ਨਾਲ ਪਿਆਰ ਰੱਖਦੇ ਨੇ ਕਿ ਜਿਹਨਾਂ ਕੋਚਾਂ ਦੀਆਂ ਮਾਰਾਂ ਖਾਧੀਆਂ ਉਹ ਲਿਸ਼ਕਦੀਆਂ ਫਿਰਨ ਜਵਾਨੀਆਂ ਜੀ ਅੱਜ ਲੱਖ ਲੱਖ ਦੀ ਹੋ ਗਈ ਵਾਲੀਬਾਲ ਇਹ ਵੀ ਸਭ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਜੀ ਤੇ ਹੁਣ ਹੋ ਗਏ ਖਿਡਾਰੀ ਵੀ ਖੁਸ਼ਹਾਲ ਕੋਈ ਨਹੀਂ ਬੱਚਿਆ ਵਿੱਚ ਸਪੇਰਾਂ ਦੇ ਜਾਂ ਤੂੰ ਵੀ ਖੜ ਕੇ ਵੇਖ ਲੈ ਕਾਲੀਏ ਵਾਲੇ ਵਾਲਿਆ ਇਹ ਹੱਥ ਜੁੜ ਗਏ ਸ਼ੇਰਾਂ ਦੇ ਉਧਰਲੇ ਪਾਸੇ ਸਾਡੇ ਵੀਰ ਪੁੱਜੇ ਆ ਜਤਿੰਦਰ ਕੋਕਰੀ ਜੀ ਮਣੀ ਗਾਲਬ ਜੀ 1000 ਦੇਣਗੇ ਜੀ ਰੌਲੀ ਦਾ ਮਨਦੀਪ ਸਿੰਘ 5 ਬਾਲਾ ਕ੍ਰਾਸ ਕਰੂ ਤੇ ਮਾਣ ਸਨਮਾਨ ਦਿੱਤੇ ਜਾਣੇ ਆ ਕਿ ਟੱਕਰ ਹੋ ਗਈ ਵਿੱਚ ਮੈਦਾਨੇ ਲੱਗੇ ਹੋਣ ਭੇੜ ਸਾਡਾ ਤੂੰ ਵੀ ਖੜ ਕੇ ਵਿਗ ਜਵਾਨਾ ਹੈਲੋ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜਤਿੰਦਰ ਸਿੰਘ ਜੀ ਕਿੱਟੀ ਜੋ ਕਿ ਇਹਨਾਂ ਨੇ ਸਾਡੇ ਟੂਰਨਾਮੈਂਟ ਵਾਸਤੇ ਸਾਨੂੰ 11,000 ਰੁਪਏ ਦਾ ਮਾਣ ਵੀ ਦਿੱਤਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹ ਆ ਕੇ ਆਪਦਾ ਸਨਮਾਨ ਚਿੰਨ੍ਹ ਲੈ ਲੈਣ ਭਾਈ ਜਤਿੰਦਰ ਸਿੰਘ ਜੀ ਕਿੱਟੀ ਉਧਰਲੇ ਪਾਸੇ ਮਾਣ ਤੇ ਸਾਨੂੰ ਮਾਣ ਰਹੂ ਇਹਨਾਂ ਵੀਰਾਂ ਜਿਹਨਾਂ ਨੇ ਦਾਨ ਪੁੰਨ ਕੀਤਾ ਔਰ ਸਾਡੇ ਪਹੁੰਚੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਪੁਲਿਸ ਦੇ ਮੁਲਾਜ਼ਮ ਵੀਰ ਵੀ ਪੁੱਜੇ ਆ ਜੇ ਹੋ ਨਾ ਪੁਲਿਸ ਵਾਲੇ ਬਾਈ ਤੇ ਬੰਦੇ ਨੂੰ ਬੰਦਾ ਖਾ ਜੇ ਵੱਢ ਕੇ ਜੇ ਹੋ ਨਾ ਪੁਲਿਸ ਵਾਲੇ ਬਾਈ ਤੇ ਬੰਦੇ ਨੂੰ ਬੰਦਾ ਖਾ ਜੇ ਵੱਢ ਕੇ ਮੈਦਾਨ ਦੇ ਵਿੱਚ ਮੈਚ ਤਗੜਾ ਖੇਡਿਆ ਜਾ ਰਿਹਾ ਇੱਕ ਪਾਸੇ ਕਹਿੰਦੇ ਸ਼ਾਲੂ ਦਾ ਜ਼ੋਰ ਲੱਗਾ ਸ਼ਾਲੂ ਕਹਿੰਦਾ ਮੈਂ ਅੱਜ ਵੀ ਜਿੱਤ ਕੇ ਜਾਣਾ ਕਿਉਂਕਿ ਸ਼ਾਲੂ ਨੂੰ ਤਜਰਬਾ ਬੜਾ ਸਮੇਂ ਸਿਰ ਆਉਂਦਾ ਤੇ ਸਮੇਂ ਸਿਰ ਹੀ ਬਹੁਤ ਬਹੁਤ ਧੰਨਵਾਦ ਜੋ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਆ ਬਾਈ ਹੁਣ ਅਸੀਂ ਬੇਨਤੀ ਕਰਾਂਗੇ ਐਸ ਐਚ ਓ ਲੱਕੇਵਾਲ ਤੋਂ ਸਰਦਾਰ ਕੇਵਲ ਸਿੰਘ ਜੀ ਜੋ ਕਿ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਸਾਡੇ ਟੂਰਨਾਮੈਂਟ 'ਤੇ ਆਏ ਆ ਅਸੀਂ ਇਹਨਾਂ ਦੇ ਇੱਥੇ ਆਉਣ 'ਤੇ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਅਤੇ ਨਾਲੇ ਸਨਮਾਨ ਚਿੰਨ੍ਹ ਜੋ ਕਿ ਇਹਨਾਂ ਨੂੰ ਭੇਟ ਕਰਨ ਲੱਗੇ ਹਾਂ ਸਰਦਾਰ ਕੇਵਲ ਸਿੰਘ ਜੀ ਐਸ ਐਚ ਓ ਲੱਖੇਵਾਲੀ ਹੈਲੋ ਪੁਆਇੰਟ ਵਾਲੀ ਵੀਰ ਨੂੰ ਬੇਨਤੀ ਇੱਕ ਨੰਬਰ ਦੀ ਰਿਪੋਰਟ ਸਾਂਝੀ ਕਰੇ ਕਿੰਨੇ ਪੁਆਇੰਟ ਆ ਕਾਪੀ 'ਤੇ ਕਿੰਨੀਆਂ ਲਿਖੀਆਂ ਵਜੀਆਂ ਬਾਈ ਗੋਸ਼ੇ ਨੂੰ ਬੇਨਤੀ ਆ ਜਿਹੜੀਆਂ 1991 ਦੇ ਵਿੱਚ ਵੱਜੀਆਂ ਸੀ 9 ਤੇ 6 ਪੁਆਇੰਟ ਹੁਣ ਅਸੀਂ ਬੇਨਤੀ ਕਰਦੇ ਹਾਂ ਅਕਾਲਗੜ੍ਹ ਤੋਂ ਸ਼ਮਿੰਦਰ ਸਿੰਘ ਜੀ ਗੋਗੀ ਸਰਪੰਚ ਅਕਾਲਗੜ੍ਹ ਤੋਂ ਉਹ ਵੀ ਆ ਕੇ ਆਪਦਾ ਸਨਮਾਨ ਚਿੰਨ੍ਹ ਲੈਣ ਸ਼ਮਿੰਦਰ ਸਿੰਘ ਜੀ ਗੋਗੀ ਅਕਾਲਗੜ੍ਹ ਤੋਂ ਯੂਟਿਊਬ ਤੇ ਵੀਰੇ ਪਿੰਡ ਦਾ ਨਾਮ ਭਰ ਕੇ ਪਿੰਡ ਦਾ ਨਾਮ ਪਾ ਦਿਓ ਨਾ ਪਿੰਡ ਦਾ ਨਾਮ ਭਰ ਲਓ ਪਾਕ ਸਰ ਵਾਲੀ ਵਾਲੀਬਾਲ ਲਾਈਵ ਹੁਣ ਅਸੀਂ ਬੇਨਤੀ ਕਰਦੇ ਹਾਂ ਗੁਰਵਿੰਦਰ ਸਿੰਘ ਜੀ ਚੱਕ ਸਹੇਲੇ ਵਾਲਾ ਤੋਂ ਜੋ ਕਿ ਮਾਨ ਸਾਹਿਬ ਦੇ ਭਤੀਜੇ ਆ ਉਹ ਵੀ ਆ ਕੇ ਆਪਦਾ ਸਨਮਾਨ ਚਿੰਨ੍ਹ ਲੈਣ ਗੁਰਵਿੰਦਰ ਸਿੰਘ ਜੀ ਚੱਕ ਸਹੇਲੇ ਵਾਲਾ ਤੋਂ ਲਓ ਇੱਧਰ ਦਰਸ਼ਕਾਂ ਦਾ ਵੀ ਜਿਹੜਾ ਠਾਠਾ ਮਾਰਦਾ ਇਕੱਠਾ ਹੈ ਗੁਰਵਿੰਦਰ ਸਿੰਘ ਜੀ ਸਹੇਲੇ ਵਾਲਾ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਪਹੁੰਚੇ ਆ ਟੂਰਨਾਮੈਂਟ ਕਮੇਟੀ ਵੱਲੋਂ ਕਰਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
ਲਓ ਇਧਰਲੇ ਪਾਸੇ ਦਰਸ਼ਕਾਂ ਨੇ ਜਿਹੜੀਆਂ ਆਪ ਮੁਹਾਰੇ ਤਾੜੀਆਂ ਮਾਰੀਆਂ। ਹਾਂ, ਜਦੋਂ ਤਾੜੀ ਵੱਜਦੀ ਉਦੋਂ ਪਤਾ ਲੱਗਦਾ ਵੀ ਮੈਚ ਵਾਕਈ ਕਹਿੰਦੇ ਫਸਿਆ ਪਿਆ, ਕਿ ਤਾੜੀਆਂ ਜਦ ਵੀ ਵੱਜਦੀਆਂ ਨੇ ਤੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਦਾ ਇਹ ਦੁਨੀਆਂ ਪੂਜਦੀ ਯੋਧਿਆਂ ਨੂੰ ਜੀ ਕੋਈ ਨਾਮ ਨੀ ਲੈਂਦਾ ਭੱਜਿਆਂ ਦਾ। ਟੱਕਰ ਹੋ ਗਈ ਵਿੱਚ ਮੈਦਾਨਾਂ ਲੱਗੇ ਭੇੜ ਹੋਣ ਸਨ, ਤੂੰ ਵੀ ਖੜ ਕੇ ਵੇਖ ਜਵਾਨਾ ਵਾਲੀਬਾਲ ਖੇਡ ਮਰਦ ਦਲੇਰਾਂ ਦੀ, ਸਿੱਧਗਾ ਜ਼ੋਰ ਵਾਲਾ ਜਿੱਤੂ ਟੱਕਰ ਹੋ ਗਈ ਸ਼ੇਰਾਂ ਦੀ। ਜ਼ੋਰ ਵਾਲੇ ਨੇ ਜਿੱਤਣਾ ਜਿਹਦਾ ਤਜਰਬਾ ਵੱਡਾ, ਅੱਜ ਉਹਨੇ ਬਾਜੀ ਮਾਰਨੀ ਆ। ਸ਼ਾਲੂ ਕਹਿੰਦਾ ਵੀ ਮੈਂ ਜਿਹੜਾ ਆਪਦਾ ਜੇਤੂ ਰਾ ਥਾ ਉਹ ਜਾਰੀ ਰੱਖਣਾ, ਪਰ ਗੱਲ ਸਮੇਂ ਦੀ ਆ ਵੀ ਸਫਲਤਾ ਕਿਹੜੇ ਖਿਡਾਰੀ ਦੇ ਹਿੱਸੇ ਆਉਂਦੀ ਆ। ਉਧਰ ਆਪਣਾ ਪਹਿਲੂਵਾਲ ਸਾਡਾ ਵੀਰ ਲੱਭੇ ਦੇ ਵਾਸਤੇ ਬਹੁਤ ਸਾਰਾ ਮਾਣ ਪਿਆਰ ਭੇਜਦੇ ਆ, 100 ਰੁਪਏ ਦਿੱਤਾ ਕਹਿੰਦੇ ਲੱਭੇ ਦੇ ਵਾਸਤੇ ਸਾਡਾ ਵੀਰ ਆਪਣਾ ਪਹਿਲੂ ਵਾਲਗਾ ਮਾਣ ਤੇ ਸਨਮਾਨ ਕਰ ਰਿਹਾ। ਲਓ ਇੱਧਰ ਵੇਖੋ ਮੈਦਾਨ ਵਿੱਚ ਤਕੜਾ ਮੈਚ, ਫਰੋਸ਼ਾ ਤੇ ਭਣਿਆਰੀ ਦਾ ਮੈਚ ਮਿੱਤਰੋ, ਫਸ ਗਈਆਂ ਕੁੰਡੀਆਂ ਤੇ ਬਾਹਰ ਬੈਠੇ ਬੰਦੇ ਚ ਗੱਲਾਂ ਹੁੰਦੀਆਂ, ਟੀਮਾਂ ਦੋਨੋਂ ਚੰਗੀਆਂ, ਬਾਹਰ ਬੈਠੇ ਲੋਕੀ ਗੱਲਾਂ ਇਹੋ ਕਰਦੇ ਕਿ ਟੀਮਾਂ ਦੋਵਾਂ ਚੰਗੀਆਂ, ਕਿ ਵੜ ਕੇ ਵਿੱਚ ਮੈਦਾਨਾਂ ਦੇ ਜੀ ਖਿਡਾਰੀ ਮੱਥਾ ਟੇਕ, ਸ਼ਾਟਾਂ ਤੇ ਸ਼ਾਟਾਂ ਪੈਂਦੀਆਂ ਜੀ ਆ, ਸਾਰੀ ਦੁਨੀਆਂ ਰਹੀ ਆ। ਇੱਕ ਬੇਨਤੀ ਆ ਬਈ ਜੋ ਹਨੇਰੇ ਦੇ ਵਿੱਚ ਵਹੀਕਲ ਖੜੇ ਆ ਉਹ ਆਪੋ ਆਪਣੇ ਮਾੜੀ ਮੋਟੀ ਨਿਗਾਹ ਮਾਰ ਲੈਣ ਵਹੀਕਲਾਂ ਨੂੰ, ਸਾਰੇ ਬੰਦੇ ਨੂੰ ਬੇਨਤੀ ਆ ਵੀ ਜੋ ਜਿਹਦਾ ਵਹੀਕਲ ਖੜਾ ਉਹ ਨਿਗਾਹ ਨੁਗਾਹ ਮਾਰ ਲੈਣ ਹਨੇਰੇ ਦੇ ਵਿੱਚ। ਹਾਂ, ਲਓ ਲੱਭਾ ਮੇਰੇ ਮਿੱਤਰੋ। ਉਧਰ ਪ੍ਰਬੰਧਕ ਕਮੇਟੀ ਵਾਲੇ ਕਹਿੰਦੇ ਮਾਣ ਤੇ ਸਨਮਾਨ ਕਰਾਂਗੇ, ਸਿਮਰ ਇੱਜ਼ਤ ਵਾਲੀ ਆ ਉਹ ਵੀ ਕਹਿੰਦਾ ਲੱਭਾ ਜਿੰਨੀਆਂ ਟੱਚ ਮਾਰੂ ਉਨੀ 100-100 ਦੇ ਨੋਟ। ਉਧਰ ਸਾਡੇ ਬੜੇ ਸਤਿਕਾਰ ਦੇ ਯੋਗ ਸਰਦਾਰ ਜਤਿੰਦਰ ਸਿੰਘ ਜੀ ਬਰਾੜ, ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਪੰਚਾਇਤ ਵਿਭਾਗ, ਉਚੇਚੇ ਤੌਰ ਤੇ ਸਪੈਸ਼ਲ ਤੌਰ ਤੇ ਚੰਡੀਗੜ੍ਹ ਆਏ ਇਸ ਟੂਰਨਾਮੈਂਟ ਦੇ ਵਿੱਚ ਵੱਡੀ ਹਾਜ਼ਰੀ, ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਜਸਵਿੰਦਰ ਸਿੰਘ ਜੀ, ਜਤਿੰਦਰ ਸਿੰਘ ਜੀ ਬਰਾੜ, ਸਾਡੇ ਬੜੇ ਸਤਿਕਾਰ ਦੇ ਯੋਗ। ਉਧਰਲੇ ਪਾਸੇ ਸਾਡੇ ਸਾਹਿਬ ਜੀ ਚੰਡੀਗੜ੍ਹ ਤੋਂ ਕਹਿੰਦੇ ਪੁੱਜੇ, ਚੰਡੀਗੜ੍ਹ ਸਿਟੀ ਬੜੀ ਮਸ਼ਹੂਰ ਆ ਕਿ ਬਿਊਟੀ ਨਹੀਂ ਜੇ ਚੰਡੀਗੜ੍ਹ ਸ਼ਹਿਰ ਵਰਗੀ, ਮਾਰੀ ਨਹੀਂ ਜੇ ਚੀਜ਼ ਕੋਈ ਯਾਰ ਵਰਗੀ, ਹੋਦੀ ਰੰਗਦਾਰੀ ਯਾਰ ਮਾਰ ਵਰਗੀ, ਲੱਗੇ ਨੇ ਜੋਧਿਆ ਉਹ ਵਾਲੀਬਾਲ ਖੇਡਾਂ ਦੀ ਵੱਡੀ ਵਰਗੀ, ਹੈ ਨੀ ਕੋਈ ਜੱਗ ਤੇ ਵਾਲੀਬਾਲ ਤੇ ਖੇਡ ਕਬੱਡੀ ਵਰਗੀ। ਮੈਂ ਤੇ ਸ਼ਬਾਜ ਸਿੰਘ, ਉਧਰ ਧੰਨਵਾਦ ਹੈ ਕੈਪਟਨ ਸੁਖਿੰਦਰ ਸਿੰਘ ਜੀ ਬਰਾੜ, ਸਰਦਾਰ ਹਰਸ਼ਰਨਜੀਤ ਬਰਾੜ ਜੀ DFSO, ਉਹਨਾਂ ਨੇ ਕਹਿੰਦੇ 11,000 ਦੇ ਵੱਡੇ ਯੋਗਦਾਨ ਦਿੱਤੇ ਹੈ। ਸਰਦਾਰ ਜਤਿੰਦਰ ਸਿੰਘ ਜੀ ਬਰਾੜ ਉਹ ਵੀ ਉਚੇਚੇ ਤੌਰ ਤੇ ਹਾਜ਼ਰ, ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਉਧਰ ਜਤਾਲੀਏ ਕਹਿੰਦੇ ਜਿੰਨੇ ਲੱਭਾ ਅੰਟਚ ਬਾਲਾ ਮਾਰਦਾ ਉਨੇ 100-100 ਦੇ ਨੋਟ। ਦੋ ਨੰਬਰ ਤੇ ਟੀਮਾਂ ਆ ਗਈਆਂ, ਬਾਬਾ ਸੋਧਰਾਮ ਕਲੱਬ ਦੋਧਰ ਤੇਰਾ ਮੈਚ ਹੈ, ਠੀਕ ਹੈ ਬਈ। ਆਪਣੇ ਹਰਜਿੰਦਰ ਦਾ ਮੈਚ ਹੈ, ਹਵੇਲੀ ਨੂੰ ਕਹਿ ਹਵੇਲੀ ਖੜਾ ਭਰਾ ਸੇਮੇ ਤੂੰ ਕਰਾ ਦੇ ਮੈਚ, ਇੱਕ ਭੇਜੇ ਤੂੰ ਕਰਾ ਦੇ ਬਈ, ਮੀਤਾ ਖੜਾ, 4-5 ਬੰਦੇ ਖੜੇ ਆਪਣੇ ਜਿਹਨੂੰ ਮਰਜ਼ੀ ਲਾ ਦੇ ਬਈ, ਥੋੜਾ ਜਿਹਾ ਪਿੱਛੇ ਆ ਜਾ ਯਾਰ, ਦੋ ਨੰਬਰ ਤੇ ਗੋਛੇ ਕਿੰਨੇ ਖੜੇ ਸਭ ਬਈ, ਪੁਆਇੰਟ ਦੱਸੀ। 11-6 ਦਾ ਮੁਕਾਬਲਾ, 11 ਭਣਿਆਰੀ ਦੇ 6 ਪੁਆਇੰਟ, 6 ਨੰਬਰ ਨੇ ਜਿਹੜੇ ਭਣਿਆਰੀ ਦੀ ਟੀਮ ਦੇ ਤੇ 11 ਨੰਬਰ ਨੇ ਫਿਰੋਸ਼ਾ ਦੀ ਬੀ ਟੀਮ ਦੇ, ਤੇ ਆਹ ਮੁੰਡਾ ਰਾਜਪਾਲ ਬਾਗੜੀ ਰਣਜੀਤ ਜਨੇਤਪੁਰੀਏ ਦੇ ਨਾਲ, ਕਹਿੰਦੇ ਭਰਾਵਾਂ ਤੋਂ ਵੱਧ ਕੇ ਪਿਆਰ ਆ ਮੁੰਡੇ ਦਾ, ਤੇ ਉਧਰ ਰਣਜੀਤ ਵੀ ਬੈਠਾ ਆਪਣੀ ਮਿੱਤਰ ਮੰਡਲੀ ਦੇ ਨਾਲ, ਜਿਹੜਾ ਮੈਚ ਦੇਖੀ ਜਾ ਰਿਹਾ ਸਾਡੀ ਵੀਰ ਚੰਨਣ ਖੇੜੇ ਵਾਲੇ ਬੀਜੀ ਵਰਗੇ। ਹੈਲੋ ਸੇਮੇ ਬਾਈ, ਕਰਾਈ 2 ਨੰਬਰ ਦਾ ਮੈਚ, ਸੇਮੇ ਚੁੱਕੇ ਵਾਲਾ ਭਰਾ ਸਾਡਾ ਕਰਾਊਗਾ, ਧੰਨਵਾਦ ਹੈ। ਉਧਰ ਉਧਰ 100 ਨਿਸ਼ਾਨ ਬਰਾੜ, 100 ਕੱਪਾ ਬਰਾੜ, 100 ਸਾਡਾ ਵੀਰ ਜੁਗਨੂ ਤਰਖਾਣ ਵਾਲੀ ਆ, 100 ਚੀਨਾ ਮਾਨਸਾ, 100 ਕਮੇਟੀ ਬੰਨਿਓ, 100 ਸੰਦੀਪ ਢਿੱਲੋਂ, ਗਗਨਦੀਪ ਬਰਾੜ 100 ਉਹਨਾਂ ਬੰਨਿਓ, ਕੁੱਲ ਮਿਲਾ ਕੇ 1,700 ਹੋ ਗਿਆ, 300 ਤੂੰ ਕਰਦੇ ਘੱਪਿਆ ਫਿਰ, ਕਿ 300 ਕਮੇਟੀ ਬੰਨਿਓ, 1,000 ਹੋ ਗਿਆ ਸ਼ਾਲੂ ਦੀਆਂ 5 ਬਾਲਾਂ ਤੇ। ਲੈ ਵੀ ਸ਼ਾਲੂ 5 ਬਾਲਾਂ, ਨੌਜਵਾਨਾਂ 1,000 ਦੇ ਮਾਣ ਤੇ ਸਨਮਾਨ ਹੋਣ। ਇਧਰਲੇ ਪਾਸੇ ਬਾਪੂ ਕਹਿੰਦੇ ਅੰਗਰੇਜ਼ ਬੰਦ ਡੋੜਾ ਵਾਲੀ ਕੁਛ ਲਈ ਫਿਰਦਾ ਲੱਗਦਾ, ਦਊਗਾ ਖਿਡਾਰੀਆਂ ਨੂੰ ਵੀ ਮੇਰੇ ਵੀ ਪਾਲੋ ਜਿਹੜੇ ਵਿੱਚ ਅੱਧਾ ਹਿੱਸਾ ਮੇਰਾ ਵੀ ਪਾਲੋ। ਵੀਰ ਸ਼ੇਰਜੀਤ 100 ਤੇ ਬੰਨਿਓ, ਕਹਿੰਦਾ 1,000 ਕਰ ਦਿਓ ਪੂਰਾ। ਲੈ ਵੀ ਸ਼ਾਲੂ 5 ਬਾਲਾਂ ਤੇ 100 ਸ਼ਾਲੂ ਦੀਆਂ 5 ਬਾਲਾਂ ਤੇ।
हजार के मान सम्मान हो गए मेरे मित्रों शालू दिया पांच बाला एक हजार का बड़ा माण होगा। प्रबंधकी कमेटी आले भी खुश है। अगला मैच कहते रोडिया के बिट्टू का पिछले वरे का मुंडा टूरनामेंट लुट के लै गया कड़ाके का जो मैच खेडा जाएगा कि फैसले अधूरे जित देना रहेंगे रेंदे मैचों मित्रों पटाके पैणगे मार मार बाला कौन कढ़दा अग बई ते कौन किन्ने पानी विच अज पता जाना लग बई कौन किन्ने पानी विच पता जाना लग बई रामान लखी गिल यूएसए इन्हां बोलां दा माण ते सन्मान एक हजार रुपया दे रहे मैं दिल दीआं गहराइआं तों धन्नवाद करदा है बई बई रणधीर बराड़ जी यूएसए उन्हां दा मैं दिलों धन्नवाद करदा है नाल रविंदर पप्पू जी यूएसए विच बैठे है एक हजार के वे मान सम्मान इन्हों बोलों तो खुश होकर कर रहे मैं दिल दी गहराइया तो धन्यवाद करांगा साडे अमेरिका वाले सज्जना का एनआरआई भरावां का दिलों धन्यवाद है। लो उधर साडे बल्लू मौड़ जी उधर भाई जगमोहन बराड़ जी का धन्यवाद साढ़े वीर बल्लू मौड़ जी आखते भी फरोजशाली टीम के जो मर्जी खिडारी पांच बाला क्रॉस कर दे तो हजार रुपए का जो मान सम्मान दिता जाएगा बड़ा मान सम्मान बल्लू मौड़ साडा वीर कोई भी खिडारी फरोशा दी बी टीम दा जे पांच बारा लगातार क्रॉस करदा ते हजार रुपया होवेगा आपां धन्नवाद करांगे मौड़ साहब दा भी काफ़ी जिहड़े माण सन्मान किए जा रहे हैं अमेरिका वाले कनेडा वाले भी माण ते सन्मान दे रहे बहुत बहुत धन्यवाद स्टेज ते बैठे हुई सारिया माण मत्तियां शखशीतां दा बहुत बहुत धन्यवाद अज्ज दे टूरनामेंट दे लई वड्डे योगदान पाए सारे वीरां दा गह गड्डमा धन्नवाद जिन्हें भी वीर अज्ज दे मेले ते पुज्जे आ और मेरी बेनती है भी जिनी संगत आ जेडे दर्शक वेखना है तुहाडे भाई कल्ले कल्ले दा नाम नहीं जानदे ओ अगला मैच अपने अपने नाम दे खुल के ताड़ा मार दो भाई जिन्ने वीर पुजे आ सारी संगत का दिलों धन्यवाद प्रबंधक भरावान का धन्यवाद एनआरआई भरावान का भाई लखी हुणी रणधीर बराड़ रविंदर पप्पू जी का धन्यवाद करते हैं। लै भी स्कोर वाले स्कोर जरूर दस दे भी प्रबंधक वीर मंग करते उधर वैली भैरो मुन्ने वाला नाल अमना बराड़ एन कहते पूरी मित्र मंडली खुश है मुकाबला चोटी का है अगला मैच कहते वांदरा वाले जज का है रोटिया वाले बिट्टू नाल टक्कर होनी है उधर साढ़े भरा लखी गिल का दिलों धन्यवाद करांगे लो देखो सामने लै भी गोशिया तलवंडी वाले मुंडे का कहिंदे तलवंडी साबो एरिया बठिंडे दे विच जिथे दसवें पातशाह ने चरण पाए सीगे नाल बिकर बैठा धन्यवाद इन्हां भरावां दा गुरद्वारा तख्त श्री दमदमा साहिब पूरी दुनिया भर के प्रसिद्ध है साढ़े वीर आया दिलों धन्यवाद आप करते हैं रौली वाला मनदीप सिरे दीआं टीमां दे विच खेडदा है ते अज भंडारी वाले शाहू दे नाल खेडदा एन सिरे दा खिडारी है जिले मोगे दा ते उधर बाबू राजब अली का भी जिहड़ा जिला मोगा सीगा शाहो पिंड सी जिन्हां ने कि छंद लिखे बैत लिखे कि साया संघनी सरद जरूर दिंदे पिपल निम शरी ते बोड़ चारी दुख देन ना चलीए पैर नंगे कंडा कंज ठीक ते रोड़ जारे ते किसे नूं ना लगन बिमारियां जी दद खंग अधरंग ते कोड़ जारे दद खंग अधरंग ते कोड़ जारे उधर लंगर कमेटी वाले भरा खुले सदे दे रहे है जिहड़े भरावां ने प्रशादा छकना छक लैण कि भागो ते नानकी दे पूड़े ठकरा के बैठा होना लालो दी उह झोंपड़ी च जाके उहदा मुढ तों गरीबां नाल वाह मैं तारियां तों पुछदी फिरा मैं तारियां तों पुछदी फिरा बाबे नानक दी गल कीती कहिंदे शबाज ने बाबे नानक दी धरती गुरुआ पीर पैगंबर दी धरती ते अज सामने बहुत वधिया लाल भाई वाला कि अपने कद जीन दी मजबूती ना ते जद कोई सिंगल हैंड दी वाजे ए तो कोई गल कसूती ना उधर दर्शकां दा वी जिहड़ा ठाठा मारदा कट्ठा है के बैठे भुखे ते ते ए देखो दूरों नेड़ियों आए देख के खिडारियां नूं इन्हां नूं ना किसे गल दी घाट रड़ के वालीवाल दा जनून अज बोलदा पंजाबियां दे सिर चढ़ के वालीवाल दा जनून अज बोलदा पंजाबियां दे सिर चढ़ के लै भी पॉइंटा वाला जे पॉइंट दस देना सोने ते सुहागा नौ पणिहारी लै दस हो गए ते इधर बारह लो दो पॉइंट का फर्क है खेड के मैदान के खेड के मैदान खिचती लकीर हुण पता लगू की दा तकड़ा शरीर शालू कहिंदा मार दे रौली वाले बाला ते जितन नहीं देने होर मित्रो ओ सामने पिया एक कप किने चुमना लाके डौलिया पट्टा का पूरा जोर मित्रो लाके डौलिया पट्टा का पूरा जोर मित्रो लो जोर जिहड़ा दोनों टीमों का पूरा लग्या पिया है उधर दर्शकों का भी फुल जिहड़ा जोर लग्या पिया लो दर्शक भी इन्हां नूं एक बार अपना पुछना चाहवांगे भी जिहड़ी टीम जिहड़े दर्शक कहिंदे ने भी फिरोशा दी बी टीम जे तू एक बारी ओ ताड़ी मार के दसणगे ते जिहड़ी टीम हुण कहिंदी वी भंडारी दी टीम बाजू मारूगी हुण एक बारी ओ भी ताड़ी मारन जी हुण जिहड़े कहिंदे जिहड़े कहिंदे आ
कोई मर्जी जित जे सानू ते स्वाद चाहिदा ताड़ी ओ मार दियो गग उधर दे डायलॉग किसे नू चंगे नहीं लगते सारे कहते सन्नी देओल दे कसुन होण उधले पासे भाई अमन बराड़ ने हस के ताड़ी मारी भी वाकई मैच फसिया पिया सन्नी देओल दे कसुन सब नू चंगे लगते कप्पिया गोविंदे दे डायलॉग नहीं किसे नू चंगे लगते उधर कश्मीर औलक साडा वीर थराज वालिया कहिंदा जिहड़ा बाबे नानक दा शेर बोलिया उहदे तों खुश हो के वड्डे मान साडा भरा कर गया मैं दिल दीआं गराईआं तों धन्नवाद करांगा उस वीर दा वड्डा धन्नवाद है ਇਹ ਧਰਤੀ ਗੁਰੂਆਂ ਪੀਰਾਂ ਦੀ ਇੱਥੇ ਜੰਮਿਆ ਨਾਨਕ ਪੀਰ ਇੱਥੇ ਲਿਸ਼ਕ ਲਿਸ਼ ਕਰਦੀਆਂ ਜਵਾਨੀਆਂ ਤੇ ਉੱਡੂ ਉੱਡੂ ਕਰ ਸਰੀਰ ਇੱਥੇ ਭੈਣਾਂ ਸੁੱਖਾਂ ਮੰਗਦੀਆਂ ਤੇ ਜੋ ਜੋ ਜੀਵਨ ਵੀਰ ਇੱਥੇ ਵੈਰੀਆਂ ਨੇ ਸਿਰ ਵੜਦੀ ਤੇ ਜੋਧਿਆਂ ਨੇ ਸ਼ਮਸ਼ੀਰ ਇਹ ਧਰਤੀ ਗੁਰੂਆਂ ਪੀਰਾਂ ਦੀ ਜਿੱਥੇ ਜੰਮਿਆ ਨਾਨਕ ਪੀਰ ਬਾਬੇ ਨਾਨਕ ਦੀ ਧਰਤੀ ਹੈ ਪੰਜਾਬ ਦੀ ਸਭ ਤੋਂ ਵੱਧ ਮਾਣ ਮਿਲਦਾ ਪੰਜਾਬ ਦੀ ਧਰਤੀ ਤੇ ਭਾਵੇਂ ਵਿਦੇਸ਼ੀ ਵੀ ਬੋਲ ਬੋਲੀ ਦੇ ਆ ਪਰ ਜਿਹੜਾ ਪੰਜਾਬ ਦੇ ਵਿੱਚ ਬੋਲਣ ਦਾ ਨਜ਼ਾਰਾ ਉਹ ਵੱਖਰਾ ਕਿ ਪੰਜਾਬੀ ਪਿਆਰ ਕਰਦੇ ਆ ਉਧਰ ਦੋ ਨੰਬਰ ਗਰਾਊਂਡ 'ਚ ਵੀ ਚੋਟੀ ਦਾ ਮੈਚ ਹੈ ਮੁੰਡੇ ਅਲੀਕਿਆਂ ਵਾਲਿਆਂ 'ਚ ਸਲੀਮ ਸ਼ਾਹ ਵਾਲਿਆਂ ਨਾਲ ਯਾਰੀਆਂ ਪਗਾ ਰਹੇ ਆ ਸੁਖਦੀਪ ਵਰਗੇ ਗੋਪੀ ਵਰਗੇ ਨਵਦੀਪ ਵਰਗੇ ਖੇਡ ਰਿਹਾ ਹੈ ਯੋਗ ਖੇਡ ਰਿਹਾ ਮੁੰਡਾ ਸਲੀਮ ਸ਼ਾਹ ਵਾਲਾ ਆਉਣ ਵਾਲੇ ਸਮੇਂ 'ਚ ਸਟਾਰ ਬਣ ਜਾਣਾ ਇਹਨਾਂ 'ਚੋਂ ਕਿਸੇ ਨੇ ਗੋਪਾ ਬਣਨਾ ਹੈ ਕਿਸੇ ਨੇ ਸ਼ਾਲੂ ਬਣਨਾ ਹੈ ਕਿਸੇ ਨੇ ਕਹਿੰਦੇ ਸੱਤਾ ਬਣਨਾ ਕਿਸੇ ਨੇ ਪਾਰਸ ਬਣਨਾ ਹੈ ਤੇ ਦੂਜੇ ਪਾਸੇ ਟੀਮ ਦੋਦਰ ਦੀ ਖੇਡ ਰਹੀ ਕੀਲਾ ਖੇਡ ਰਿਹਾ ਹਰਜਿੰਦਰ ਹੈ ਸਾਹਿਬ ਹੈ ਬਲਾੜ ਮੇਮੇ ਵਾਲਾ ਦੁਨੀਆਂ ਦੇ ਸਟਾਰਾਂ ਦੀ ਟੱਕਰ ਹੈ ਤੇ ਇਸ ਤੋਂ ਅਗਲੇ ਮੈਚ ਦੇ ਵਿੱਚ ਵੀ ਇਹਨ ਪੜਾਕੇ ਪੈਣਗੇ ਦੋ ਨੰਬਰ ਗਰਾਊਂਡ ਅਗਲਾ ਮੈਚ ਲਵਨੀਤ ਕਲੱਬ ਤੀਰਥ ਤੇ ਲਵਨੀਤ ਕਲੱਬ ਘੱਟਿਆਂ ਵਾਲੀ ਤੇ ਬਾਂਦਰ ਡੋਡ ਦਾ ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਗਰਾਊਂਡ ਨੰਬਰ 1 ਦੇ ਵਿੱਚ ਰੋਡਿਆਂ ਦੇ ਨਾਲ ਕਿ ਵਰਦੀਆਂ ਗੋਲੀਆਂ ਵਿੱਚ ਸਿੰਘ ਦਸ਼ਮੇਸ਼ ਦਾ ਭੱਜਿਆ ਨਹੀਂ ਹਰਮੰਦਰ ਨੂੰ ਛੱਡ ਕੇ ਝੁਕਿਆ ਨਹੀਂ ਸੂਰਮਾ ਕੌਮ ਦਾ ਵੈਰੀ ਅੱਗੇ ਵੇਂਦਾ ਰਿਹਾ ਅੱਖਾਂ ਕੱਢ ਕੇ ਸਿੱਖੀ ਨੂੰ ਮੁਕਾਉਣ ਲਈ ਉੱਠੇ ਸੀ ਜਿਹੜੇ ਉਹਨੇ ਸੁੱਟੇ ਲੱਦ ਲੱਦ ਕੇ ਕਹਿੰਦੇ ਕਹਾਉਂਦੇ ਅਫਸਰ ਵੀ ਤੱਕ ਕੇ ਜਿਹਨੂੰ ਛੱਡਦਾ ਸੀ ਬਾਲਾ ਉਹ ਸੱਚਾ ਸੁੱਚਾ ਬੰਦਾ ਸੀ ਜਰਨੈਲ ਸਿੰਘ ਭਿੰਡਰਾਂ ਵਾਲਾ ਸਿੱਖੀ ਦੇ ਰਸਤੇ ਤੋਰਿਆ ਸੀ ਜਿਹਨੇ ਪੰਜਾਬ ਦੀ ਜਵਾਨੀ ਨੂੰ ਤੇ ਸਦਾ ਚੇਤੇ ਰੱਖਾਂਗੇ ਕਾਸੂ ਬੇਗੂ ਵਾਲਿਆ ਭਿੰਡਰਾਂ ਵਾਲੇ ਸੰਤਾਂ ਦੀ ਕੁਰਬਾਨੀ ਨੂੰ ਸਦਾ ਚੇਤੇ ਰੱਖਾਂਗੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦਾ ਕਹਿੰਦੇ ਰੋਡੇ ਪਿੰਡ ਸੀ ਅਮਣਾ ਜਿੱਥੇ ਵੀ ਸਾਡਾ ਭਰਾ ਆਵਾਜ਼ ਸੁਣਦਾ ਜਾਦੂ ਨਾਲ ਕੰਟੈਕਟ ਕਰੇ ਅਮਣਾ ਬਰਾੜ ਜਿੱਥੇ ਆਵਾਜ਼ ਸੁਣਦਾ ਹੈ ਲਓ ਅੱਜ ਕਹਿੰਦੇ ਬਰਾੜਾਂ ਦੇ ਪਿੰਡ ਰੌਣਕਾ ਹੈ 26 ਨੂੰ ਕਹਿੰਦੇ ਬੂਟੇ ਨੂੰ ਮੋਟਰਸਾਈਕਲ ਮਿਲਣਾ ਸਰਦਾਰਾਂ ਦੇ ਪਿੰਡ 28 ਨੂੰ ਰਾਮਪੁਰ ਰੌਣਕਾਂ ਹੋਣਗੀਆਂ 29 ਨੂੰ ਜੱਸੀ ਬੋਡਿਆਂ ਵਾਲਾ ਸੱਦੇ ਦਿੰਦਾ ਟੂਸੇ ਦੀ ਧਰਤੀ ਤੇ 1 ਤਰੀਕ ਫੁੱਲਾਵਾਲ ਤੇ ਐਣ ਕਹਿੰਦੇ ਗੱਲਾਂ ਚੱਲਣਗੀਆਂ ਖੋਸਾ ਦਲ ਸਿੰਘ ਬਾਸੀਆਂ ਬੇੜ ਦੇ ਟੂਰਨਾਮੈਂਟ ਦੀਆਂ ਬਠਿੰਡੇ ਦੀ ਚੈਂਪੀਅਨਸ਼ਿਪ ਦੀ ਗੱਲ ਹੋਣੀ ਹੈ ਲੈ ਵੀ ਪਨਿਹਾਰੀ ਵਾਲਿਆ ਅੱਜ 5 ਬਾਲਾ ਕ੍ਰੋਸ ਨਹੀਂ ਹੋਈਆਂ ਕਮੇਟੀ ਵਾਲੇ ਕਹਿੰਦੇ ਵੱਡੇ ਮਾਣ ਤੇ ਸਨਮਾਨ ਕਰਾਂਗੇ 1000 ਰੁਪਈਏ ਦੇ ਨਾਲ ਲਓ ਉਧਰ 1000 ਰੁਪਈਆ ਹੋਵੇਗਾ ਜੇ ਪਨਿਹਾਰੀ ਵਾਲਾ ਸ਼ਾਲੂ ਜਿਹੜਾ ਲਗਾਤਾਰ 5 ਬਾਲਾ ਮਾਰਦਾ ਪਰ ਉਧਰ ਵੱਡੀ ਗਲਤੀ ਜਿਹੜੀ ਕੀਤੀ ਹੈ ਗੌਰਵ ਨੇ ਕਿਉਂਕਿ ਇਹੋ ਜਿਹੀ ਗਲਤੀ ਦੀ ਗੁੰਜਾਇਸ਼ ਅਜਿਹੇ ਮੈਚਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਪਰ ਬਾਲ ਜਿਹੜੀ ਗੋਲ ਹੈ ਕਿਸੇ ਵੇਲੇ ਵੀ ਜਿਹੜੀ ਗਲਤੀ ਕਿਸੇ ਨਾ ਕਿਸੇ ਤੋਂ ਹੋ ਜਾਂਦੀ ਹੈ ਲਓ ਇੱਕ ਵਾਰੀ ਆਪਾਂ ਸਕੋਰਾਂ ਤੇ ਜ਼ਰੂਰ ਚਾਨਣਾ ਪਾਵਾਂਗੇ ਗੋਸ਼ੇਵੀਰ ਦੱਸੀ ਕਿਤੇ ਸਕੋਰ ਹੋ ਗਏ 10 ਤੇ 13 ਵੀਰੇ 10 ਤੇ 13 ਨੰਬਰਾਂ ਦਾ ਜਿਹੜਾ ਮੈਚ ਹੈ 3 ਨੰਬਰਾਂ ਦਾ ਜਿਹੜਾ ਫਰਕ ਹੈ ਪਰ ਪਨਿਹਾਰੀ ਵਾਲਾ ਸ਼ਾਲੂ ਉਹ ਖਿਡਾਰੀ ਹੈ ਜਿਹੜਾ ਵੱਡੇ ਉਲਟ ਫੇਰ ਕਰਨ ਦੇ ਵਿੱਚ ਮਾਹਰ ਹੈ ਖੇਡ ਗਰਾਊਂਡਾਂ ਦੇ ਵਿੱਚ ਪਨਿਹਾਰੀ ਵਾਲਾ ਸ਼ਾਲੂ ਵੱਡੇ ਉਲਟ ਫੇਰ ਕਰ ਦਿੰਦਾ ਤੇ ਨਾਲ ਰੌਲੀ ਵਾਲਾ ਮਨਦੀਪ ਖੇਡ ਉਧਰ ਬਾਈ ਜਸਿੰਦਰ ਸਿੰਘ ਢਿੱਲੋਂ ਸੈਟਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਲਗਾਤਾਰ ਕੰਟੀਨਿਊ ਜਿਹਨਾਂ ਮੈਚਾਂ ਨੂੰ ਕਵਰ ਕਰ ਰਹੇ ਆ ਇੱਕ ਵੱਡੀ ਕਹਿੰਦੇ ਤਪੱਸਿਆ ਵੱਡੀ ਮਿਹਨਤ ਦਾ ਬਾਈ ਦੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਐਨਆਰਈ ਵੀਰਾਂ ਨੂੰ ਬੜਾ ਜਿਹੜਾ ਰੋਚਕ ਮੁਕਾਬਲਾ ਦਿਖਾ ਰਹੇ ਮੈਦਾਨ ਦੇ ਵਿੱਚ ਲਵਨੀਤ ਸ਼ਰਮਾ ਜੂਕੇ ਵਾਲਾ ਅੱਜ ਕਹਿੰਦੇ ਯਾਦੀ ਬੈਠਾ ਕੈਨੇਡਾ 'ਚ ਲਾਈਵ ਤੱਕਦਾ ਹੈ ਪੰਜਾਬ ਮੇਰੀ ਵਾਲੀਬਾਲ ਮੇਰੀ ਜਿੰਦ ਜਾਣ ਐਣ ਕਹਿੰਦੇ ਗੱਲਾਂ ਚਲਾ ਰਹੇ ਆ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਆਪਾਂ ਕਰਦੇ ਹਾਂ ਬਈ ਯਾਦੀ ਕਹਿੰਦਾ ਜੇ ਫਿਰੋਜ਼ਸ਼ਾਹ ਬੀ ਦੀ ਟੀਮ ਜਿੱਤਦੀ ਹੈ 1000 ਮੇਰੇ ਬੰਦੀਆਂ ਹੋਵੇਗਾ ਜੇ ਫਿਰੋਜ਼ਸ਼ਾਹ ਬੀ ਦੀ ਟੀਮ ਜਿੱਤਦੀ ਹੈ ਜੇ ਗੌਰਵ ਲੱਭੇ ਦੀ ਟੀਮ ਜਿੱਤਦੀ ਹੈ ਯਾਦੀ ਕਲਾਰ ਸਾਡਾ ਭਰਾ ਕੈਨੇਡਾ ਵਿੱਚ ਬੈਠਾ ਹੈ ਕਹਿੰਦਾ 1000 ਆਪਾਂ ਦੇਵਾਂਗੇ ਉੱਧਰ ਅਮਣਾ ਮਲਕ ਬੈਠਾ ਹੈ ਅਗਲਾ ਮੈਚ ਕਹਿੰਦੇ ਉਹਦੇ ਚਹੇਤੇ ਖਿਡਾਰੀ ਦਾ ਹੈ ਜੰਗਾ ਮਲਕ ਬੈਠਾ ਤੀਰਥ ਦਾ ਕਹਿੰਦੇ ਅਗਲਾ ਮੈਚ 2 ਨੰਬਰ ਗਰਾਊਂਡ ਦੇ ਵਿੱਚ ਹੈ ਸਾਰੇ ਐਨਆਰਆਈ ਭਰਾਵਾਂ ਦਾ ਧੰਨਵਾਦ ਕਰਦੇ ਹੈ ਉੱਧਰ USA ਵਿੱਚ ਸਰਦਾਰ ਮੋਲਕ ਸਿੰਘ ਜੀ ਬਰਾੜ ਬੈਠੇ ਹੈ ਉਹਨਾਂ ਦਾ ਵੱਡਾ ਧੰਨਵਾਦ ਸਰਦਾਰ ਰਣਧੀਰ ਸਿੰਘ ਜੀ ਬਰਾੜ ਉਹ ਵੀ ਲਾਈਵ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹੈ ਰਵਿੰਦਰ ਪੱਪੂ ਜੀ ਲੱਖੀ ਗਿੱਲ ਹੋਣੀ ਬੜੇ ਸਤਿਕਾਰ ਦੇ ਯੋਗ ਵੱਡੇ ਮਾਂ ਤੇ ਸਤਿਕਾਰ ਯੋਗ ਹਸਤੀਆਂ ਦਾ ਮੈਂ ਦਿਲੋਂ ਧੰਨਵਾਦ ਕਰੂੰਗਾ ਤੇ ਇੱਧਰ ਆਪਾਂ ਸਰਦਾਰ ਬੱਲੂ ਮੌੜ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗੇ ਤੇ ਜਿਹੜੇ ਕਹਿੰਦੇ ਵੀ ਫਿਰੋਜ਼ਸ਼ਾਹ ਦੀ ਟੀਮ ਦਾ ਕੋਈ ਵੀ ਖਿਡਾਰੀ ਜੇ 5 ਵਾਲਾ ਕ੍ਰੋਸ ਕਰਦਾ ਤੇ 500 ਰੁਪਏ ਦਾ ਜਿਹੜਾ ਵੱਡਾ ਮਾਨ ਸਨਮਾਨ ਹੋਵੇਗਾ ਸਕੋਰ ਜਿਹੜੇ ਵੀਰੇ ਗੁੱਸੇ ਕਿੰਨੇ ਹੋ ਗਏ ਹੁਣ ਸਕੋਰ ਲੱਗ ਗਿਆ ਉੱਧਰ
13 ਦਾ ਸਰਵਿਸ ਜਿਹੜੀ ਚੇਂਜ ਹੋਈ ਹੈ 13 ਤੇ 10 ਨੰਬਰ ਨੇ ਜੀ। ਲਓ 13 ਤੇ 10 ਦਾ ਮੁਕਾਬਲਾ ਹੈ। ਉੱਧਰ ਰੌਲੀ ਵਾਲੇ ਗਿੱਲ ਨੇ ਵੀ ਕਹਿੰਦੇ ਸੇਗਾ ਕੰਪਨੀ ਦੇ ਸ਼ੂ ਪਾਏ ਹੈ, ਪੀਸੀ ਨੇ ਵੀ ਕਹਿੰਦੇ ਐਨ ਹਲੇ ਕਲਰ ਦੇ ਬੱਲੇ ਲੱਖਾਂ ਪਰ ਦੇਖੋ ਬਾਲ ਜਿਹੜੀ ਪਾ ਪੈ ਗਿਆ ਉਹ ਬਾਈ ਫਰੋਸ਼ ਵਾਲੇ ਮੁੰਡਿਆਂ ਦੀ ਖੇਡ ਚੰਗੀ ਲੱਗੀ ਤੇ ਤਾੜੀ ਮਾਰ ਕੇ ਦੱਸ ਦਿਓ। ਮਿਹਨਤ ਕਰਦੇ ਨੇ, ਮੁਸ਼ਕਤ ਕਰਦੇ ਨੇ, ਤਕਰੀਬਨ 11-11 ਵਜੇ ਤੱਕ ਜਿਹੜੇ ਸ਼ਾਮ ਨੂੰ ਖੇਡਦੇ ਨੇ ਤੇ ਰਾਤ ਨੂੰ ਲਾਈਟਾਂ ਦੇ ਵਿੱਚ, ਇਹ ਜਿਹੜੀ ਮਿਹਨਤ ਦੇ ਮੁੱਲ ਪੈਂਦੇ ਨੇ ਲਾਜ਼ਮੀ ਜੱਸਿਆ ਤੈਨੂੰ ਵੀ ਪਤਾ ਹੈ। ਸਾਡਾ ਜੱਸਾ ਵੀ ਨੱਥੂਵਾਲਗਰ ਵੀ ਬੜਾ ਵੱਡਾ ਵੀਰ, ਉਹ ਵੀ ਇਹਨਾਂ ਮੈਚਾਂ ਦਾ ਆਨੰਦ ਮਾਣਦਾ। ਦੇਖੋ ਇੱਕ ਪਾਸੇ ਪਨਿਹਾਰੀ ਵਾਲੇ ਐਣ ਮੁੰਡੇ ਕਹਿੰਦੇ ਸ਼ੂ ਪਾਏ ਹੈ, ਪਰ ਫਰੋਸ਼ਾ ਵਾਲੇ ਕਹਿੰਦੇ ਜੁੱਤੀਆਂ ਤੋਂ ਬਾਹਰ ਹੈ ਕਿ ਜੁੱਤੀਆਂ ਦਾ ਕੀ ਹੈ, ਜੁੱਤੀਆਂ ਵਿਚਾਰੀਆਂ ਜੁੱਤੀਆਂ ਨੇ ਜੁੱਤੀਆਂ ਜੁੱਤੀਆਂ ਵੈਰੀ ਦੀਆਂ ਹੁਣ ਭਾਵੇਂ ਯਾਰ ਦੀਆਂ ਜੁੱਤੀਆਂ, ਗਰਮੀ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ, ਕਈ ਮੀਲ ਸਫ਼ਰ ਗੁਜ਼ਾਰ ਦੀਆਂ ਜੁੱਤੀਆਂ, ਲੁੱਚਾ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ ਹੈ, ਕੁੜੀਆਂ ਝੱਟ ਦੇਣੇ ਪੈਰਾਂ 'ਚੋਂ ਉਤਾਰ ਦੀਆਂ ਜੁੱਤੀਆਂ, ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ, ਚੰਗਾ ਮਾੜਾ ਕੁਝ ਨਾ ਵਿਚਾਰ ਦੀਆਂ ਜੁੱਤੀਆਂ, ਬੁਸ਼ ਹੋਵੇ ਭਾਵੇਂ ਬੁਸ਼ ਦਾ ਪਿਓ ਹੋਵੇ, ਉਹ ਚੰਗਾ ਉਸ ਵੇਲੇ ਕੋਈ ਨਾ ਸਵਾਦ ਵਾਲੀ ਵਾਲ ਦਾ ਮਿੱਟੀ ਪਲਾਂ ਵਿੱਚ ਇੱਜ਼ਤ ਉਤਾਰਦੀਆਂ ਜੁੱਤੀਆਂ ਲੀਡਰਾਂ ਨੂੰ ਜ਼ਿੰਦਗੀ 'ਚ ਕਦੇ ਕਦੇ ਪੈਂਦੀਆਂ, ਲੋਕਾਂ ਸਿਰ ਸਦਾ ਸਰਕਾਰ ਦੀਆਂ ਜੁੱਤੀਆਂ, ਮੰਦਰ ਮਸਜਿਦ ਗੁਰਦੁਆਰੇ ਦੇ ਬਾਹਰ ਲਾ ਕੇ ਆਉਂਦੇ ਆ, ਸਿਰ ਚੱਕੀ ਫਿਰਦੇ ਹੰਕਾਰ ਦੀਆਂ ਜੁੱਤੀਆਂ, ਕਨੇਡਾ ਅਮਰੀਕਾ ਆਸਟ੍ਰੇਲੀਆ 'ਚ ਜਦੋਂ ਟੂਰ ਲਾ ਕੇ ਆਈਦਾ ਮੰਗਦੇ ਨੇ ਬਾਹਰ ਦੀਆਂ ਜੁੱਤੀਆਂ, ਉਹ ਸਹੁ ਰੱਬ ਦੀ ਉਹ ਅੱਜ ਵੀ ਨੇ ਬੜਾ ਚੇਤੇ ਆਉਂਦੀਆਂ, ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ, ਮਲੇਸ਼ੀਆ ਵਾਲਿਆ ਸਕੋਰ ਮੰਗਦੇ ਨੇ ਬਾਹਰ ਦੀਆਂ ਜੁੱਤੀਆਂ, ਉਹ ਬੂਟੇ ਹੁਣੀ ਮੰਗਦੇ ਆ ਬਾਹਰ ਦੀਆਂ ਜੁੱਤੀਆਂ, ਇਹ ਜੁੱਤੀਆਂ ਦੇ ਕਈ ਰਮਜਾਂ ਮੈਂ ਤੇ ਸ਼ਬਾਜ ਦੱਸੂ ਅਗਲੀਆਂ ਜੁੱਤੀਆਂ। ਲੈ ਵੀ ਸਕੋਰਾਂ ਵਾਲਿਆ ਸਕੋਰ ਦੱਸੀ, ਫਰੋਸ਼ਾ ਵਾਲਿਆਂ ਨੇ ਦੁਨੀਆ ਫੈਨ ਕਰ ਲਈ ਹੈ ਕਿ ਦੁਨੀਆ ਫੈਨ ਹੈ ਯਾਰਾਂ ਦੀ, ਯਾਰ ਨੇ ਫੈਨ ਉਹਦੀਆਂ ਬਾਤਾਂ ਦੇ, ਪਰ ਫਰਕ ਬੜੇ ਨੇ ਯੈਂਕਣੇ ਨੀ ਤੇਰੇ ਮੇਰੇ ਹਾਲਾਤਾਂ ਦੇ। ਉਹ ਵੀ ਫਰੋਸ਼ਾ ਵਾਲਿਆਂ ਨੇ ਲਿਖਿਆ, ਉਹ ਵੀ ਨੈਣੇ ਵਾਲੀਏ ਨੇ ਲਿਖਿਆ ਸੀ ਕਿ ਦੂਰੀ ਦਿਲ ਵਿੱਚ ਹੋਵੇ ਨਾ ਭਾਵੇਂ ਵਸੀਏ ਦੂਰ ਸਜਣ ਤੋਂ, ਨੈਣੇ ਵਾਲੀਆ ਯਾਰ ਮੇਰਾ ਜੀ ਭਾਵੇਂ ਵਸਦਾ ਦੂਰ ਵਤਨ ਤੋਂ। ਲਓ ਦੇਖੋ ਲੱਖਾ ਫਰੋਸ਼ਾ ਵਾਲਾ ਦੁਬਈ ਦੀਆਂ ਸੈਰਾਂ ਕਰ ਆਇਆ ਹੈ, ਮਾਰੀ ਆ ਲੰਮੀ ਸੀਟੀ ਗੋਸ਼ੇ ਨੇ ਬੱਲੇ ਬੱਲੇ ਬਾਈ ਸਵਾਦ ਬਾਲੀ ਵਾਲਦਾ, ਨਜ਼ਾਰੇ ਆ ਰਹੇ ਨਜ਼ਾਰੇ ਜਾ ਰਹੇ ਹੈ। ਅਗਲੇ ਮੈਚ ਦੀਆਂ ਟੀਮਾਂ ਬਾਬਾ ਫਰੀਦ ਕਲੱਬ ਬਾਂਦਰਡੋੜ, ਇੱਧਰ ਗੇਮ ਪੁਆਇੰਟ ਆ ਗਿਆ, ਇੱਧਰ ਗੇਮ ਪੁਆਇੰਟ, ਬਾਬਾ ਫਰੀਦ ਕਲੱਬ ਬਾਂਦਰਡੋੜ ਤੇ ਮਨਦੀਪ ਕਲੱਬ USA, ਇਹ ਟੀਮਾਂ ਤਿਆਰ ਵਰ ਤਿਆਰ ਰਹਿਣਗੀਆਂ। ਲਓ ਦੇਖੋ ਸਾਹਮਣੇ ਮੁਕਾਬਲਾ ਤਗੜਾ ਹੈ, ਲੈ ਓਏ ਪਨਾਰੀ ਵਾਲਿਆ ਫੜ ਤਿਆਰੀ ਆ, ਜੇ ਰੌਲੀ ਵਾਲੇ ਗਿੱਲ ਨੂੰ ਉਧਾਰਾ ਮੰਗਿਆ ਕਮੇਟੀ ਵਾਲੇ ਕਹਿੰਦੇ ਮਾਣ ਕਰਾਂਗੇ ਜ਼ਰੂਰ, ਬਾਸਮਤੀ ਦੇ ਭਾਂਗੂ ਹਾਲੇ ਵੀ ਕੋਈ ਨਹੀਂ ਪਤਾ ਗੱਲ ਕੀ ਬਣਨੀ ਹੈ, ਇਹ ਤੇ ਰੱਬ ਨੂੰ ਪਤਾ, ਗੋਡ ਨੂੰ ਪਤਾ ਹੈ, ਪੰਜਾਬੀਆਂ ਨੇ ਪਤਾ ਨਹੀਂ ਕੀ ਸੋਚ ਕੇ ਰੱਬ ਬਣਾ ਦਿੱਤਾ, ਅੰਗਰੇਜ਼ਾਂ ਦੀ ਸੋਚ ਵੇਖੋ, ਉਹਨਾਂ ਦਾ ਦਿਮਾਗ ਦੇਖੋ, ਉਹਨਾਂ ਨੇ 26 ਅੱਖਰਾਂ 'ਚੋਂ 3 ਅੱਖਰ ਕੱਢ ਲਏ GOD, ਉਹਨਾਂ ਨੇ ਗੋਡ ਬਣਾ ਦਿੱਤਾ, ਜੀ ਤੇ ਜਨਰੇਟਰ ਪੈਦਾ ਕਰਨ ਵਾਲਾ, ਉਹ ਤੇ ਆਪਰੇਟਰ ਪਾਲਣ ਪੋਸ਼ਣ ਕਰਨ ਵਾਲਾ, ਡੀ ਤੇ ਡਿਸਟਰੋਇਰ ਖਤਮ ਕਰਨ ਵਾਲਾ, ਇਹ ਗੱਲ ਬਿਲਕੁਲ ਸੱਚ ਹੈ, ਪੈਦਾ ਵੀ ਉਹੀ ਕਰਦਾ, ਪਾਲਣ ਪੋਸ਼ਣ ਵੀ ਉਹੀ ਕਰਦਾ, ਫਿਰ ਖਤਮ ਵੀ ਉਹੀ ਕਰਦਾ, ਗੋਡ ਨੂੰ ਪਤਾ ਕਿਹੜੀ ਟੀਮ ਨੇ ਜਿੱਤਣਾ ਬਾਈ। ਕੋਈ ਨੀ ਉੱਧਰ ਬੰਦੇ ਬੈਠੇ ਦੱਸ ਦਿਓ ਵੀਰੇ ਕੀ ਹੈ, ਲੋ ਅੱਜ ਪਤਾ ਲੱਗਦਾ ਵੀ ਭਾਗ ਸਾਹਿਬ ਜਿਹੜੀਆਂ ਰੌਣਕਾਂ ਲੱਗੀਆਂ, ਵੱਡਾ ਟੂਰਨਾਮੈਂਟ ਹੈ। ਲੈ ਵੀ ਸਾਡੇ ਵੀਰ ਅਮਣੇ ਵਾਲਿਆਂ ਨੂੰ ਸਾਡੇ ਨੂੰ ਵੱਡੀ ਮੁਬਾਰਕਬਾਦ ਹੈ, ਕਿਉਂਕਿ ਇੰਨਾ ਇਕੱਠ ਜਿਹੜਾ ਉੱਧਰ ਮੋਨਾ ਬਰਾੜ, ਲੈ ਵੀ ਦੇਖ ਬਰਾੜਾ ਦੀਪ ਸਿੰਘ ਵਾਲਾ ਪਿੰਡ ਬੱਲੇ ਬੱਲੇ, ਵਾਹ ਵਾਹ ਕਿਸਮਤ ਦਿਆ ਬਲੀਆ, ਰਿੰਡੀ ਥੀਰ ਤੇ ਬਣ ਗਿਆ ਤਲੀਆ, ਹਾਂ ਪੂਰਾ ਵਧੀਆ ਤਰਕਣਬਾਜ਼ੀ ਹੋਈ ਪਈ ਮੈਦਾਨ ਵਿੱਚ, ਹਜੇ ਤਾਂ ਯਾਰ ਮੈਦਾਨ 'ਚ ਕੁਝ ਵੀ ਹੋ ਸਕਦਾ, ਤੀਰ ਕਮਾਨ ਚ ਕੁਝ ਵੀ ਹੋ ਸਕਦਾ, ਹਜੇ ਦਾ ਤੀਰ ਕਮਾਨ ਚ ਕੁਝ ਵੀ ਹੋ ਸਕਦਾ, ਹਜੇ ਤਾਂ ਸ਼ਾਲੂ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ, ਕਿਉਂਕਿ ਤਜਰਬੇਕਾਰ ਖਿਡਾਰੀ ਨੇ ਉਧਰੋਂ ਨਿੱਟ ਤੇ ਲਾਲ ਬਾਈ ਖੇਡਦਾ, ਉਹ ਖਿਡਾਰੀ ਹੈ ਜਿਹੜਾ ਕਿਤੇ ਕੋਈ ਪਤਾ ਨਹੀਂ ਲੱਗਦਾ। ਉਧਰ ਚੰਨਣ ਖੇੜੇ ਵਾਲੇ ਮਣੀ ਨੂੰ ਸਨਮਾਨਿਤ ਕੀਤਾ, ਸਾਡੇ ਭਰਾਵਾਂ ਦਾ ਧੰਨਵਾਦ ਹੈ ਪ੍ਰਬੰਧਕੀ ਕਮੇਟੀ ਦਾ, ਜਿਨ੍ਹਾਂ ਨੇ ਮਣੀ ਚੰਨਣ ਖੇੜੇ ਦਾ ਵੱਡਾ ਮਾਣ ਸਨਮਾਨ ਕੀਤਾ ਬਈ। ਅੱਗੋਂ ਉਧਰਲੇ ਪਾਸੇ ਤਗੜਾ ਮੈਚ ਹੈ, ਦੁਨੀਆ ਨੇ ਕਹਿੰਦੇ ਰੌਲਾ ਰੱਪਾ ਜਾਂ ਬੜਾ ਪਾਇਆ ਕਿ ਮੁੰਡੇ ਫਰੋਸ਼ਾ ਵਾਲੇ ਜਿੱਤਣਗੇ, ਪਰ ਉੱਧਰ ਕੰਪਿਊਟਰ ਵਾਲੀ ਵਾਲਦਾ ਆ ਕੋਠੇ ਗੁਰੂ ਵਾਲਾ ਬਿੰਦਰ ਤੇ ਨਾਲ ਰੌਲੀ ਵਾਲਾ ਗਿੱਲਾ, ਲੈ ਵੀ ਗਿੱਲਾ ਅੱਜ ਰੰਗ ਫਿੱਕੇ ਜੇ ਲੱਗਦੇ ਆ, ਹੋ ਤਗੜਾ ਕੋਕਰੀ ਬੁੱਟਰਾਂ ਦਾ ਟੂਰਨਾਮੈਂਟ ਲੁੱਟਣ ਵਾਲਾ ਖਿਡਾਰੀ ਹੈ, ਪਰ ਰੂਪੇ ਵਰਗੇ ਵੀ ਉੱਧਰ ਸੈਂਟਰ ਦੇ ਵਿੱਚ ਗੌਰਵ ਖੜਾ, ਕਹਿੰਦੇ ਛੋਟੀ ਉਮਰ ਹੈ ਸਭ ਤੋਂ ਪਹਿਲਾ ਖਿਡਾਰੀ ਬਣਿਆ ਜਿਹਨੇ ਬੈਸਟ ਡਿਫੈਂਸਰ ਬਣਿਆ ਜੀ ਕੋਟ ਭਾਈ ਦੇ ਟੂਰਨਾਮੈਂਟ ਦੇ ਮੁੰਡੇ ਨੇ ਸਾਈਕਲ ਜਿੱਤਿਆ ਸੀ, ਤੇ ਉਸ ਤੋਂ ਬਾਦ ਇਹਨੀ ਤਿਆਰੀ ਕੀਤੀ ਹੈ ਕਲੱਬ ਤੀਰਥ ਤੇ ਲਵਨੀਤ ਕਲੱਬ ਘੱਟਿਆਂ ਵਾਲੀ 2 ਨੰਬਰ ਗਰਾਊਂਡ 'ਚ ਆਓ ਜੀ ਟੀਮਾਂ।
अगला मैच वो अनाउंस कर देवे भाई साथी बुलारा अगला मैच जेड़ा ग्राउंड नंबर 1 ते खेड़ा जाएगा वो वांदर रोड बाबा फरीद क्लब ते मनदीप क्लब यूएसए रोटी ए वी एन सिरे दा मैच होवेगा जिस तरह आ मैच लग्या ना मनदीप सिंह उस तो भी तगड़ा मैच खेड़े जाएगा बिल्कुल हजे निशाने जेड़े टिकाने लग रहे आ कि जित निशान सदा लाए जाते झंडे पहला वार कलमर पिछों वार खंडे चार ही तरीके करे कम काज बंदा शौक नाल प्यार नाल लाल झंडे जित दे निशान सदा लाए जाते झंडे उधर यादी कलार कहता 1000 होना जे फरोशा दी टीम जितती है सतनाम कहता चीमा सारी टीम नूं सन्मानित करूं अपने टूरनामेंट के पिंड चुगे विच जे फरोशा दी टीम जितती है लो कहते अज वड्डा सट्टा लगा है फरोशा वाले ने दिल जित लिया है लै भी पणहारी वाले सन्मान करांगे एक मजाजन रख दिया हथ तेरे मोढे ते सज्जा गोडा रख बहिंदी आ खब्बे गोडे ते तैनू राह दे नू ना साड़िया तू की जानेगा तू की जानेगा जे हरदविंदर सिंह जी ने चिपड़ा वाली पिंड ₹400 देंगे जो फरोशा जितती है ₹400 के मान ते सम्मान दिते जाणगे बेनती है दो नंबर ग्राउंड दी टीम आओ लवनीत क्लब तीर्थ ते लवनीत क्लब कट्टियां वाली दे खिलाड़ी दो नंबर ग्राउंड जा जाण एक नंबर ग्राउंड च बाबा फरीद क्लब वांदर रोड ते मनदीप क्लब यूएसए उधर फरोशा दा तीर्थ तकदा है उहदे चंडे खेड रहे आ मेरे मित्रों कोई समा सी तीर्थ खेडे इस टीम दे लई दो नंबर च तीर्थ दा मैच है मलक बैठा जंगा मलक बैठा जे फरोशा जितदी है शबाश है हरदविंदर सिंह चिपड़ा वाली पिंड वाले 400 देणगे 400 ए वी विच पाला भाई कहिंदे हाथ च फड़ी बैठा वी पवा मनदीप साहिब पहला फड़ ला ते नहीं मैं आप फड़ाऊं पैसे 1400 हो गया फरोशा वाले जितदे 1400 लो उधर क्लब कट्टियां वाली ते लवनीत क्लब तीर्थ ए टीमा जल्दी नाल बाई जी दो नंबर ग्राउंड च आउण मेरी बेनती है ना टीमा नूं इक्को क्लब दे लई खेडण वालियां दोनों टीमां दा जिहड़ा आपस दे विच मैच है ए भी देखण योग मैच होवेगा कासू बेगू वालिया ते हुण दर्शक वीर भी सोचते होणगे भी किहड़ा मैच वेखांगे ग्राउंड नंबर 1 दे विच वेखांगे ते जां फिर ग्राउंड नंबर 2 दे विच मुकाबले तगड़े दुनिया कन्फ्यूज है एक पासे फरोशा बी दी टीम दूजे पासे वालीवाल दा देखो कंप्यूटर है कि मान नहीं करीदा किसे गल दा भरावा लोकी कब्बेयां तो कब्बे पए आ ओ कईयां नूं पता नहीं पैसा किथे किथे साडे ते कई कर्जे च दब्बे पए ओ रेशमी पोशाकां इत्थे स्वाद स्वाद ਕਿ ਅਸੀਂ ਸੋਚਿਆ ਸੀ ਸਾਡੇ ਘਰੇ ਆਉਣਗੇ ਸਾਡੀ ਕੁੱਲੀ ਵਿੱਚ ਫੇਰਾ ਪਾਉਣਗੇ ਅਸੀਂ ਕੱਚਾ ਰੁੱਧ ਰੱਖਿਆ ਸੀ ਕਾੜ ਕੇ ਤੇ ਸੱਜਣ ਗਵਾਂਢੋ ਮੁੜ ਗਏ ਅਸੀਂ ਚਾਦਰ ਵਿਛਾਉਂਦੇ ਰਹੇ ਝਾੜ ਕੇ ਤੇ ਸੱਜਣ ਮੈਦਾਨ ਚ ਲੱਗ ਸਵਾਦ ਜਸ਼ਨ ਵਿਆਹ ਕੀਮਿਆ ਹੁਣ ਗੱਲ ਵੱਖਰੀ ਬਣ ਗਈ ਆਈ ਗੈਂਗ ਉਧਰਲੇ ਪਾਸੇ ਹਰਦਵਿੰਦਰ ਸਿੰਘ ਚਿੱਬੜਾਂ ਵਾਲੀ ਪਿੰਡ ਉਹਨਾਂ ਨੂੰ 400 ਦਿੱਤਾ ਗਿਆ ਤੇ ਫਿਰ